ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ, ਪੰਜਾਬ ਦੇ ਵਿੱਚ ਬੈਠੇ ਔਰ ਪੰਜਾਬ ਤੋਂ ਬਾਹਰ ਬੈਠੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਨਿੱਘਾ ਸਵਾਗਤ ਔਰ ਧੰਨਵਾਦ। ਤੁਸੀਂ ਸਾਡੇ ਜਿੰਨੇ ਵੀ ਐਕਸਪਰਟਸ ਸੈਮੀਨਾਰ ਲਾਉਂਦੇ ਨੇ, ਫੇਅਰਸ ਲਾਉਂਦੇ ਨੇ, ਜਾਂ ਸਟੱਡੀ ਐਂਡ ਵਰਕ ਐਂਡ ਸੈਟਲ ਦਾ ਇੱਕ ਪ੍ਰੋਗਰਾਮ, ਇੱਕ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ NHIS ਵੱਲੋਂ, ਰਵੀ ਇੰਦਰ ਸਿੰਘ ਕੰਗ ਉਹਨਾਂ ਵੱਲੋਂ, ਜੋ ਕਿ ICCRC ਮੈਂਬਰ ਵੀ ਨੇ, ਉਸ ਨੂੰ ਕਾਫੀ ਹੁੰਗਾਰਾ ਤੁਸੀਂ ਦਿੱਤਾ। ਸੋ ਹੁੰਗਾਰੇ ਦੀ ਇੱਕ ਵਜ੍ਹਾ ਵੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਅਵੇਅਰਨੈਸ ਨਹੀਂ, ਐਡਵਰਟੀਜ਼ਮੈਂਟ ਨੇ ਬਹੁਤ ਸਾਰਾ ਜਿਹੜਾ ਸਟੂਡੈਂਟਸ ਹਨ ਉਹ ਗੁੰਮਰਾਹ ਵੀ ਕੀਤਾ। ਇੱਕ ਵਾਰ ਫਿਰ ਅਸੀਂ ਅੱਜ ਸ਼ੋਅ ਔਰਗਨਾਈਜ਼ ਕਰਨ ਜਾ ਰਹੇ ਹਾਂ ਕਿ ਸੈਟਰਡੇ ਨੂੰ ਹੋਣ ਵਾਲੀਆਂ ਇਹ ਜਿਹੜੀਆਂ ਸਟੱਡੀ ਵਰਕ ਐਂਡ ਸੈਟਲ ਕੈਨੇਡਾ ਦੇ ਵਿੱਚ ਜਿਹੜੀਆਂ ਵਰਕਸ਼ਾਪਸ ਨੇ, ਉਹਨਾਂ ਦੇ ਬੈਨੀਫਿਟਸ ਕੀ ਹੋਣਗੇ, ਔਰ ਵਿਸ਼ੇਸ਼ ਤੌਰ 'ਤੇ PR ਟੂਰਿਸਟ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕੈਨੇਡਾ ਬੱਚਾ ਜਾਣਾ ਚਾਹੁੰਦਾ ਜਾਂ ਕੈਂਡੀਡੇਟ ਜਾਣਾ ਚਾਹੁੰਦਾ, ਉਹ ਬਹੁਤ ਵੱਡੇ ਪੱਧਰ 'ਤੇ ਅਸੀਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਕਿ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਰਿਜੈਕਟ ਹੋ ਜਾਂਦਾ, ਕਿਹੜੀਆਂ ਗਲਤੀਆਂ ਤੋਂ ਬਚਿਆ ਜਾਵੇ, ਕਿਵੇਂ ਜਿਹੜਾ ਹੈਗਾ ਕੈਨੇਡਾ ਜਾਣ ਦਾ ਇੱਕ ਸਹੀ ਤਰੀਕਾ ਹੈਗਾ, ਉਹ ਸ਼ੋਅ ਦੇ ਵਿੱਚ ਵੀ ਗੱਲ ਕਰਾਂਗੇ, ਔਰ ਡਾਇਰੈਕਟ ਜਿਹੜੀ ਲਾਈਵ ਤੁਹਾਡੀ ਗੱਲਬਾਤ ਹੈ ਉਹ ਹਰ ਸੈਟਰਡੇ ਨੂੰ NHIS ਦੇ ਦਫ਼ਤਰਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ, ਉਹਦਾ ਤੁਸੀਂ ਵਧੇਰੇ ਲਾਭ ਉਠਾ ਸਕਦੇ ਹੋ। ਸੋ ICCRC ਮੈਂਬਰ ਹੋਣ ਦੇ ਨਾਤੇ ਕੰਗ ਸਾਹਿਬ ਇਸ ਵਕਤ ਮੇਰੇ ਨਾਲ ਮੌਜੂਦ ਨੇ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਾਰੇ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਗ ਸਾਹਿਬ। ਤੋਂ ਪਹਿਲਾਂ ਤਾਂ ਮੈਂ ਰਿਸਪੋਂਸ ਜਿਹੜਾ ਹੈਗਾ ਪੁੱਛਣਾ ਚਾਹੂੰਗਾ, ਕਿਸ ਤਰ੍ਹਾਂ ਰਿਹਾ ਪਹਿਲੀ ਦਫ਼ਾ ਹੋਇਆ ਪੰਜਾਬ ਦੇ ਵਿੱਚ ਕਿ ਇੱਕ ਪੋਲਿਸੀ ਸੀਗੀ ਨਿਊਜ਼ੀਲੈਂਡ ਦੀ, ਉਹਨਾਂ ਨੇ ਵੈਬਸਾਈਟ 'ਤੇ ਵੀ ਪਾਇਆ ਸੀ ਕਿ ਸਟੱਡੀ ਵਰਕ ਐਂਡ ਸੈਟਲ, ਔਰ ਪਹਿਲੀ ਦਫ਼ਾ ਪੰਜਾਬ 'ਚ ਹੋਇਆ ਕਿ ਤੁਸੀਂ ਲੋਕਾਂ ਨੂੰ ਅਵੇਅਰਨੈਸ ਦੇ ਰਹੇ ਹੋ ਕਿ ਪੜ੍ਹਨਾ ਕਿਵੇਂ ਹੈ, ਉੱਥੇ ਕੰਮ ਕਿਵੇਂ ਕਰਨਾ, ਔਰ ਪੱਕੇ ਕਿਵੇਂ ਹੋਣਾ, ਨਹੀਂ ਤਾਂ ਸਟੱਡੀ ਵੀਜ਼ਾ ਤੱਕ ਅਸੀਂ ਸੀਮਤ ਸੀ ਸਾਰੇ ਦਾ ਸਾਰਾ ਪੰਜਾਬ। ਸੋ ਰਿਸਪੋਂਸ ਕਿਵੇਂ ਰਿਹਾ? ਫਸਟ ਆਫ ਆਲ ਸੰਤ ਸਾਹਿਬ, ਮੈਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਜਿਹੜਾ ਅਸੀਂ ਇੱਕ ਨਵਾਂ ਵੈਂਚਰ ਸ਼ੁਰੂ ਕੀਤਾ ਹੈਗਾ ਵਾ, ਸਟੱਡੀ ਵਰਕ ਐਂਡ ਸੈਟਲ ਇਨ ਕੈਨੇਡਾ, ਉਹਨੂੰ ਇੰਨੀ ਵੱਧ ਚੜ੍ਹ ਕੇ ਉਹਨਾਂ ਨੇ ਪ੍ਰੈਜੈਂਸ ਦੇ ਕੇ, ਸ਼ਮੂਲੀਅਤ ਦੇ ਕੇ ਸਾਨੂੰ ਇਹ ਮਾਣ ਜਿਹੜਾ ਵਾ ਬਖਸ਼ਿਆ ਵਾ, ਅਤੇ ਬਹੁਤ ਵਧੀਆ ਰਿਸਪੋਂਸ ਸੀਗਾ। ਬੱਚੇ, ਪੇਰੈਂਟਸ, ਉਹਨਾਂ ਦੇ ਰਿਸ਼ਤੇਦਾਰ ਸਾਰੇ ਆਫਿਸਿਸ ਵਿੱਚ ਬਹੁਤ ਵੱਡੇ ਪੱਧਰ 'ਤੇ ਰਜਿਸਟ੍ਰੇਸ਼ਨ ਕਰਵਾਈ। ਮੈਂ ਇਸ ਵਿੱਚ, ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਰਜਿਸਟ੍ਰੇਸ਼ਨ ਕਰਾ ਕੇ ਕਈ ਵਾਰੀ ਬੱਚੇ ਅਤੇ ਪੇਰੈਂਟਸ ਜਿਹੜੇ ਆਉਂਦੇ ਨਹੀਂ, ਬਟ ਅਸੀਂ ਦੇਖਿਆ ਹੈਗਾ ਕਿ ਜਿੰਨੀ ਰਜਿਸਟ੍ਰੇਸ਼ਨ ਸੀਗੀ ਉਹਦੇ ਆਲਮੋਸਟ 90% ਜਿਹੜੇ ਸੱਜਣ ਮਿੱਤਰ ਸੀਗੇ ਉਹ ਪਹੁੰਚੇ, ਅਤੇ ਉਹਨਾਂ ਨੇ ਇਹਦੇ ਵਿੱਚ ਹਰ ਤਰ੍ਹਾਂ ਦੀ ਨੌਲੇਜ ਜਿਹੜੀ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ, ਉਹਦਾ ਲਾਹਾ ਲੈਣ ਦਾ ਜਿਹੜੀ ਹੈਗੀ ਆ ਪ੍ਰੈਜੈਂਸ ਦਿੱਤੀ। ਕੰਨ ਸਾਹਿਬ, ਇੰਡੀਆ ਔਰ ਕੈਨੇਡਾ ਦੇ ਵਿੱਚ ਇੱਕ ਜਿਹੜਾ ਬ੍ਰਿਜ ਹੈ ਉਹ ਬ੍ਰਿਜ ਬਣਦਾ ਹੈਗਾ ਕੰਸਲਟੈਂਟਸ ਦੇ ਨਾਲ, ICCRC ਮੈਂਬਰਾਂ ਦੇ ਨਾਲ, ਏਜੰਟਸ ਦੇ ਨਾਲ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਨੇ। ਕਈ ਬਹੁਤ ਜ਼ਿਆਦਾ ਨੌਲੇਜ ਰੱਖਦੇ ਨੇ, ਕਈਆਂ ਨੂੰ ਥੋੜ੍ਹੀ ਹੈ, ਕਈਆਂ ਨੂੰ ਬਿਲਕੁਲ ਘੱਟ ਹੈ, ਕਈ ਆਪਣੀ ਦੁਕਾਨਦਾਰੀ ਚਲਾ ਰਹੇ ਨੇ। ਬੱਚਿਆਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੁੰਦਾ, ਉਹਨੇ ਫਾਈਲ ਦੇ ਦੇਣੀ ਹੈ, ਰਿਜ਼ਲਟ ਕੀ ਆਉਂਦਾ ਬਾਅਦ ਦੇ ਵਿੱਚ ਦੇਖੀ ਜਾਂਦੀ ਹੈ। ਸੋ ਜਿਹੜਾ ਬ੍ਰਿਜ ਹੈਗਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਕੈਟਾਗਰੀ ਜਾਂਦੀਆਂ, ਖਾਸ ਤੌਰ 'ਤੇ ਸਭ ਤੋਂ ਜ਼ਿਆਦਾ ਮੇਜਰ ਕੈਟਾਗਰੀ ਜਾ ਰਹੀ ਹੈ ਸਟੱਡੀ ਵੀਜ਼ੇ ਦੀ, ਫਿਰ PR ਕੈਟਾਗਰੀ ਜਾ ਰਹੀ ਹੈ, ਵਰਕ ਪਰਮਿਟ ਦੇ ਉੱਪਰ ਉੱਧਰ ਜਾ ਕੇ ਕਨਵਰਟ ਹੋਣ ਵਾਲੇ ਲੋਕ ਜਾ ਰਹੇ ਨੇ, ਔਰ ਵੱਡੇ ਪੱਧਰ ਦੇ ਉੱਪਰ ਘੁੰਮਣ ਫਿਰਨ ਵਾਲੇ ਜਿਹੜੇ ਲੋਕ ਜਾ ਰਹੇ ਨੇ, ਸਪੌਸ ਕੇਸਿਸ ਜਾ ਰਹੇ ਨੇ। ਪਹਿਲਾਂ ਆਪਾਂ ਸਟੱਡੀ ਵੀਜ਼ਾਜ਼ ਦੀ ਗੱਲ ਕਰ ਲਈਏ, ਕੁਛ ਸਟੱਡੀ ਵੀਜ਼ਾ ਦੇ ਵੀ ਕੇਸ ਆਏ ਜਿਹੜੇ ਅੱਜ ਜਿਨ੍ਹਾਂ ਨੂੰ ਕੁਛ ਮਤਲਬ ਗੁੰਮਰਾਹ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ, ਜਿਹਦੀ ਮੈਂ ਐਗਜ਼ਾਮਪਲ ਇੱਕ ਦੇਣੀ ਚਾਹੂੰਗਾ, SINP ਦੇ ਨਾਮ ਦੇ ਉੱਪਰ ਵੀ ਬੱਚਿਆਂ ਨੂੰ ਠੱਗਿਆ ਜਾ ਰਿਹਾ ਪੰਜਾਬ ਦੇ ਵਿੱਚ। ਬਿਲਕੁਲ ਸੰਤ ਸਾਹਿਬ, ਮੈਂ ਹਰ ਇੱਕ ਚੀਜ਼ 'ਤੇ ਚਾਨਣਾ ਪਾਈ ਚਾਹੂੰਗਾ, ਕਿਉਂਕਿ ਇਸ ਸਾਡੀ ਵਰਕਸ਼ਾਪ ਵਿੱਚ ਹਰ ਤਰ੍ਹਾਂ ਦੇ ਸਾਨੂੰ ਕੇਸ ਦਾ ਸਾਹਮਣਾ ਕਰਨ ਦਾ ਮੌਕਾ ਮਿਲਿਆ। ਫਸਟ ਆਫ ਆਲ ਤੁਸੀਂ ਗੱਲ ਕੀਤੀ ਹੈਗੀ ਆ ਸਟੂਡੈਂਟਸ ਦੀ, ਸਟੂਡੈਂਟਸ ਇੱਦਾਂ ਦੇ ਪਹੁੰਚੇ, ਇੰਨੇ ਵਧੀਆ ਨੰਬਰ ਨੇ ਉਹਨਾਂ ਦੇ, 70%, 75% ਨੰਬਰ ਨੇ, ਐਂਡ ਦੇ ਐਂਡ ਅਪ ਵਿਦ ਅ ਰਿਫਿਊਜ਼ਲ। ਕਾਰਨ ਕੀ ਹੈਗਾ ਵਾ? ਜਿਹੜੇ ਕਿ ਮਿਸਗਾਈਡੈਂਸ, ਬੱਚਿਆਂ ਨੂੰ ਕਿਹਾ ਗਿਆ ਕਿ ਕੋਈ ਗੱਲ ਨਹੀਂ, 5.5 ਬੈਂਡਸ ਨੇ, ਤੁਹਾਡੇ ਨੰਬਰ ਵਧੀਆ ਨੇ, ਗੋ ਹੈਡ ਐਂਡ ਅਪਲਾਈ, ਬਟ ਦੇ ਐਂਡ ਆਫ ਵਿਦ ਅ ਰਿਫਿਊਜ਼ਲ। ਹੁਣ ਜਿਹੜੀ ਇੰਨੀ ਵਧੀਆ ਪ੍ਰੋਫਾਈਲ ਸੀਗੀ, ਜੇ ਤੁਸੀਂ ਉਸ ਬੱਚੇ ਨੂੰ ਥੋੜ੍ਹਾ ਜਿਹਾ ਮੌਕਾ ਦਿੰਦੇ, ਉਹਨੂੰ ਸਹੀ ਗਾਈਡੈਂਸ ਦਿੰਦੇ ਵੀ ਦੇਖ ਬੱਚੇ, ਜੇ ਤੂੰ ਬੈਂਡਸ ਇੰਪਰੂਵ ਕਰ ਲਵੇਂ ਤੇਰਾ ਫਿਊਚਰ ਬਹੁਤ ਬ੍ਰਾਈਟ ਹੋ ਸਕਦਾ, ਵਧੀਆ ਕੋਰਸ ਮਿਲ ਸਕਦਾ, ਵੀਜ਼ਾ ਦੇ ਚਾਂਸਿਸ ਕਾਫੀ ਹਾਈ ਹੋ ਜਾਂਦੇ ਨੇ। ਹੁਣ ਜਿਹੜੇ ਬੱਚੇ ਉਹ ਰਿਫਿਊਜ਼ਲ ਦਾ, ਰਿਫਿਊਜ਼ਲ ਲੈ ਕੇ ਬਹਿ ਗਏ ਹੈਗੇ ਆ, ਪਹਿਲਾਂ ਤਾਂ ਉਹਦਾ ਘੋਖ ਕਰਨੀ ਪਊਗੀ। ਸੋ ਉਹ ਜਿਹੜੇ ਆ ਜਿਹਨਾਂ ਨੂੰ ਪਹਿਲਾਂ ਹੀ ਸਹੀ ਸੇਧ ਦੇ ਕੇ, ਇੱਥੇ ਗੱਲ ਆਉਂਦੀ ਹੈਗੀ ਆ ਕਿ ਏਜੰਟ ਅਤੇ ਕੰਸਲਟੈਂਟ ਦੀ, ਜਿਹਨੂੰ ਪਤਾ ਹੀ ਨਹੀਂ, ਜਿਹੜਾ ਤੁੱਕਾ ਮਾਰਦਾ ਪਿਆ, ਲੱਗ ਗਿਆ ਨਹੀਂ ਤਾਂ ਨਾ ਸਹੀ। ਹੁਣ ਜਿਹੜਾ ਕੰਸਲਟੈਂਟ ਆ ਉਹਨੂੰ ਪਤਾ ਆ, ਜਿਹੜਾ ਬੱਚਾ 5.5 ਬੈਂਡ ਲੈ ਕੇ ਜੇ ਤੁੱਕਾ ਥੋੜ੍ਹਾ ਲੱਗ ਵੀ ਗਿਆ, ਜਿਹਨੂੰ ਉੱਥੇ ਜੋ ਗਾਹਾਂ ਜਾ ਕੇ ਉਹਨੇ ਬੱਚੇ ਨੇ PR ਲੈਣੀ ਹੈਗੀ ਆ, ਸਟੇਟਸ ਨੇ ਇਹ ਦੇਖਣਾ ਹੈਗਾ ਕਿ ਇਹ ਬੱਚਾ ਜਿਹੜੀ ਪੜ੍ਹਾਈ ਕਰ ਰਿਹਾ ਹੈਗਾ ਉਸ ਫੀਲਡ ਵਿੱਚ ਜੋਬ ਕਰ ਰਿਹਾ, ਜੋਬ ਕਰਕੇ ਕੀ ਇਹਦੀ ਪ੍ਰੋਬੇਬਿਲਿਟੀ ਕੀ ਆ ਸਾਡੀ ਕੰਟਰੀ ਵਿੱਚ ਇਕਨੋਮਿਕਲੀ ਪਾਰਟੀਸਪੇਟ ਕਰਨ ਦੀ। ਹੁਣ ਉਹੀ ਬੱਚਾ ਜਿਹੜਾ ਕਾਮਯਾਬ ਹੋਊਗਾ, ਜਿਹੜਾ ਕਿ ਉਹਨਾਂ ਦੀਆਂ ਕਦਰਾਂ ਕੀਮਤਾਂ 'ਤੇ ਪੂਰਾ ਉਤਰਦਾ ਵਾ।
ਇਦਾਂ ਦੇ ਬੱਚਿਆਂ ਨੂੰ ਜੇ ਤੁਸੀਂ ਥੋੜ੍ਹੀ ਜਿਹੀ ਵੇਟ ਕਰਨ ਲਈ ਕਹਿ ਦਿੰਦੇ ਕਿ ਥੋੜ੍ਹੀ ਜਿਹੀ ਆਪਣੀ ਆਇਲਸ ਇੰਪਰੂਵ ਕਰ ਲੈ, ਇਸੇ ਸੰਦਰਭ ਵਿੱਚ ਅਸੀਂ ਇਹ 'ਚ ਕਾਰਨਾਂ ਨੂੰ ਦੇਖਦੇ ਹੋਏ ਆਪਣੇ ਸਾਰੇ ਆਫਿਸਿਸ ਵਿੱਚ ਜਿਹੜੀ ਹੈਗੀ ਆ ਆਇਲਸ ਦੀ ਕੋਚਿੰਗ ਸਟਾਰਟ ਕੀਤੀ ਹੈਗੀ ਆ, ਤਾਂ ਕਿ ਉਹਨਾਂ ਨੂੰ ਸਟਾਰਟਿੰਗ ਤੋਂ ਹੀ ਜਦੋਂ ਇਹ ਵੀਕ ਪੁਆਇੰਟ ਹੈਗਾ, ਨੰਬਰ ਬਹੁਤ ਵਧੀਆ ਨੇ ਬਟ ਆਇਲਸ ਵਿੱਚੋਂ ਕਿਸੇ ਕਾਰਨ ਕਰਕੇ ਉਹ ਨਹੀਂ ਜੀ, ਬਾਕੀ ਸਾਰੇ ਪੂਰੇ ਹੋ ਗਏ, 5.5 ਦੀ ਬਜਾਏ 1.5 ਆ ਗਏ, ਉਹਨੂੰ ਵੀ ਧੱਕਾ ਲਾ ਦਿੰਦੇ ਬਿਲਕੁਲ। ਸੋ ਉਹ ਜਿਹੜੀ ਗਾਈਡੈਂਸ ਹੈਗੀ ਆ ਜੇ ਉਹਨੂੰ ਦੇ ਦਿੱਤੀ ਜਾਵੇ ਤਾਂ ਫਿਊਚਰ ਉਹਦਾ ਬਹੁਤ ਬ੍ਰਾਈਟ ਹੋ ਸਕਦਾ ਵਾ, ਜਿਹੜਾ ਕਿ ਹੁਣ ਉਹ ਬੱਚੇ ਜਿਹੜੇ ਨੇ ਉਹਨਾਂ ਨੂੰ ਰਾਈਟ ਵੇ ਜਾਣ ਦੀ ਬਜਾਏ ਉਹ 6 ਮਹੀਨੇ ਸਾਲ ਹੋਰ ਲੇਟ ਹੋ ਗਏ, ਜਦੋਂ ਤੱਕ ਸਹੀ ਕਾਰਨ ਦਾ ਪਤਾ ਨਹੀਂ ਕਰਦੇ। ਜੇ ਕਾਰਨ ਪਤਾ ਕੀਤੇ ਤੋਂ ਬਿਨਾਂ ਫਿਰ ਫਾਈਲ ਆਈ ਤੀ ਦੇ ਅਗੇਨ ਐਂਡ ਅਪ ਵਿਦ ਅ ਰਿਫਿਊਜ਼ਲ। ਸੋ ਪਹਿਲਾ ਕਾਰਨ ਜਿਹੜਾ ਹੈਗਾ ਵਾ ਸਟੱਡੀ ਵੀਜ਼ਾ ਦਾ। ਹੁਣ ਮੈਨੂੰ ਇਸ ਵਰਕਸ਼ਾਪ ਵਿੱਚ ਹੋਰ ਬਹੁਤ ਕੇਸਿਸ ਜਿਹੜੇ ਆ ਸਾਹਮਣੇ ਆਏ, ਫਾਰ ਐਗਜ਼ਾਮਪਲ ਫੈਮਿਲੀ ਕਲਾਸ ਦੇ ਜੀ, ਫੈਮਿਲੀ ਕਲਾਸ ਵਿੱਚ ਜਿਹੜੇ ਆਲਰੇਡੀ ਕੈਨੇਡਾ ਦੀ PR ਲੈ ਚੁੱਕੇ ਨੇ, ਉਹ ਆਪਣੇ ਸਪਾਊਸਿਸ ਨੂੰ ਇੰਡੀਆ ਤੋਂ ਸਪੋਂਸਰ ਕੀਤਾ ਉਹਨਾਂ ਨੇ ਜੀ। ਇਸ ਵੇਲੇ ਪ੍ਰੋਸੀਜਰ ਇੰਨਾ ਸਰਲ ਹੈਗਾ ਵਾ, ਜੇ ਤੁਸੀਂ ਸਹੀ ਤਰੀਕੇ ਦੇ ਨਾਲ ਐਪਲੀਕੇਸ਼ਨ ਲਾਉਂਦੇ ਹੋ, ਵਿਦਇਨ 2 to 3 months ਮੈਡੀਕਲ ਕਾਲ ਆ ਰਹੀ ਹੈਗੀ ਆ। ਵੀ ਹੈਵ ਸੀਨ ਦਾ ਕੇਸਿਸ ਜਿਹਦੇ ਵਿੱਚ ਆਲਮੋਸਟ 1.5-2 ਸਾਲ ਹੋ ਗਏ ਹੈਗੇ ਆ, ਜਾਂ ਤਾਂ ਕੁਛ ਉਹਨਾਂ ਦਾ ਕਮਿਊਨੀਕੇਸ਼ਨ ਨਹੀਂ ਹੋ ਰਿਹਾ, ਜਾਂ ਦੇ ਆਲਰੇਡੀ ਯੂ ਨੋ ਐਂਡ ਅਪ ਵਿਦ ਅ ਰਿਫਿਊਜ਼ਲ। ਹੁਣ ਜਦੋਂ ਮੈਂ ਉਹਨਾਂ ਦੇ ਨਾਲ ਕਪਲ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਫਾਈਲ ਜਿਹੜੀ ਇੱਥੋਂ ਏਜੰਟ ਤੋਂ ਭਰਾ ਲਈ ਸੀਗੀ, ਐਂਡ ਸਾਨੂੰ ਦੱਸਿਆ ਵੀ ਉਦੋਂ 2 ਮਹੀਨੇ ਬਾਅਦ ਜਦੋਂ ਕਿ ਸਾਡਾ ਰਿਫਿਊਜ਼ਲ ਆ ਗਿਆ ਹੈਗਾ ਵਾ। ਹੁਣ ਜੇ ਉਹਦੀ ਫਾਈਲ ਦੀ ਜਦੋਂ ਮੈਂ ਦੇਖੀ, ਫਾਈਲਿੰਗ ਦੇਖੀ ਉਸ ਕੇਸ ਦੀ, ਇੰਨੀ ਪੂਅਰ ਫਾਈਲਿੰਗ ਕੀਤੀ ਹੋਈ ਆ, ਜੇ ਤੁਸੀਂ ਹੁੰਦੇ ਜਾਂ ਮੈਂ ਹੁੰਦਾ ਵੀਜ਼ਾ ਆਫੀਸਰ, ਮੈਂ ਖੁਦ ਨਾ ਉਹਨਾਂ ਨੂੰ ਵੀਜ਼ਾ ਦਿੰਦਾ। ਹੁਣ ਦੋਸਤੋ ਉੱਥੇ ਹੀ ਗੱਲ ਆਉਂਦੀ ਹੈਗੀ ਆ ਕਿ ਏਜੰਟ ਅਤੇ ਕੰਸਲਟੈਂਟ ਦੀ, ਇੱਕ ICCRC ਮੈਂਬਰ ਜਿਹੜਾ ਹੈਗਾ ਵਾ ਉਹਨੇ ਉਸ ਦੀ ਪੜ੍ਹਾਈ ਕੀਤੀ ਹੈਗੀ ਆ। ਹੁਣ ਜਿਹੜਾ ਤੁਸੀਂ ਜਿਹੜਾ ਟੀਚਾ ਸੀ ਤੁਹਾਡਾ 4 to 6 to 8 ਮਹੀਨੇ 'ਚ ਪਾ ਸਕਦੇ ਸੀ, 2-2.5 ਸਾਲ ਲਾ ਕੇ ਵੀ ਤੁਸੀਂ ਉੱਥੇ ਦੇ ਉੱਥੇ ਰਿਫਿਊਜ਼ਲ ਹੈ, ਫਿਰ ਵੀ ਰਿਫਿਊਜ਼ਲ ਹੈਗਾ ਵਾ। ਹੁਣ ਔਨ ਦਾ ਟੋਪ ਆਫ ਦੈਟ ICCRC ਮੈਂਬਰ ਕੋਲ ਰਾਈਟ ਆਫ ਅਪੀਲ ਹੈਗਾ ਕਿ ਉਹ ਤੁਹਾਡੇ ਬਿਹਾਫ ਦੇ ਉੱਤੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਵਿੱਚ ਤੁਹਾਡੀ ਅਪੀਲ ਕਰ ਸਕਦਾ ਹੈਗਾ। ਉਹਦਾ ਪਰ ਟਾਈਮ ਪੀਰੀਅਡ ਹੁੰਦਾ ਹੈਗਾ 30 ਡੇਜ਼ ਦੇ ਵਿੱਚ ਵਿੱਚ ਯੂ ਹੈਵ ਟੂ ਲੈਟ ਦਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੋ ਕਿ ਜਿਹੜਾ ਹੈਗਾ ਵਾ ਸਪੋਂਸਰ ਇਸ ਕੇਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈਗਾ। ਜਿਹੜਾ ਏਜੰਟ ਆ ਉਹਨੂੰ ਇਸ ਛੋਟੀ ਬਰੀਕੀਆਂ ਦੀ ਸਮਝ ਹੀ ਨਹੀਂ ਹੈਗੀ, ਉਹਨਾਂ ਦੇ ਕੇਸ ਇਸ ਸਟੇਜ ਵਿੱਚ ਸਿੱਟ ਦਿੱਤੇ ਜਿਹੜਾ ਕਿ ਯੂ ਹੈਵ ਟੂ ਸਟਾਰਟ ਫਰੋਮ ਦਾ ਸਕਰੈਚ। ਸੋ ਦੋਸਤੋ ਮੈਂ ਇਸੇ ਕਰਕੇ ਕਹਿੰਦਾ ਹੁੰਦਾ ਵਾਂ, ਏਜੰਟ ਚੰਗਾ ਵੀ ਹੋ ਸਕਦਾ ਹੈਗਾ ਵਾ, ਬਟ ਏਜੰਟ ਜਿਹੜਾ ਹੈਗਾ ਵਾ ਇੱਥੋਂ ਹੀ ਤੁਹਾਨੂੰ ਪੁਸ਼ ਕਰ ਸਕਦਾ ਹੈਗਾ, ਉਹ ਤੁਹਾਨੂੰ ਤੁਹਾਡੇ ਟਾਰਗੇਟ 'ਤੇ ਪਹੁੰਚਾਉਣ ਦੇ ਲਈ ਉਸ ਕੰਟਰੀ ਵਿੱਚ ਜਾ ਕੇ ਹੈਲਪ ਨਹੀਂ ਕਰ ਸਕਦਾ, ਉਹ ਇੱਕ ਰੈਗੂਲੇਟਡ ਸਪੈਸ਼ਲਿਸਟ ਇਮੀਗ੍ਰੇਸ਼ਨ ਕੰਸਲਟੈਂਟ ਹੀ ਕਰ ਸਕਦਾ ਹੈਗਾ। ਇਸ ਕਰਕੇ ਤੁਸੀਂ ਪਲੀਜ਼ ਆਪਣੀ ਅਵੇਅਰਨੈਸ ਨੂੰ ਜਗਾਓ, ਅਵੇਅਰ ਹੋਵੋ, ਇੱਕ ਰੈਗੂਲੇਟਡ ਬੰਦੇ ਦੀ ਸਲਾਹ ਜ਼ਰੂਰ ਲਵੋ ਜੀ। ਕੰਗ ਸਾਹਿਬ ਇੱਕ ਚੀਜ਼ ਹੋਰ ਦੇਖਣ 'ਚ ਸਾਹਮਣੇ ਆਈ ਹੈ, ਬਹੁਤ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਦੇ ਐਪਲੀਕੇਸ਼ਨਸ ਜਿਹੜੀਆਂ ਦੇਖਣ ਨੂੰ ਮਿਲੀਆਂ। ਬੱਚਾ ਅਪਲਾਈ ਕਰ ਦਿੰਦਾ, 20-25-30 ਹਜ਼ਾਰ ਰੁਪਇਆ ਫੀਸ ਰੱਖੀ ਹੋਈ ਹੈ ਕੰਸਲਟੈਂਟਸ ਭਰਾਵਾਂ ਨੇ, ਮੈਂ ਕਹਿੰਦਾ ਲੈਣੀ ਵਾਜਬ ਹੈ ਲਓ, ਬਟ ਵੀਜ਼ਾ ਤਾਂ ਲਵਾਓ। ਉਹ ਜੇਬ 'ਚ ਪਾ ਲੈਂਦੇ ਨੇ, ਬੱਚੇ ਦੀ ਵੀਜ਼ੇ ਦੀ ਪਰਵਾਹ ਨਹੀਂ ਲੱਗੇ ਨਾ ਲੱਗੇ, ਕਿਉਂਕਿ ਉਹਦੀ ਦੁਕਾਨਦਾਰੀ ਚੱਲ ਪਈ। ਬਿਲਕੁਲ। ਔਰ ਦੁਖਾਂਤ ਇਸ ਚੀਜ਼ ਦਾ ਹੈ ਕਿ ਜਦੋਂ ਬੱਚਾ ਰਿਫਿਊਜ਼ਲ ਹੋ ਕੇ ਉਹਨੂੰ ਕਾਰਨ ਪੁੱਛਣ ਜਾਂਦਾ, ਕੋਈ ਜਵਾਬ ਬੜਾ, ਮਤਲਬ ਮੈਂ ਹੈਰਾਨੀਜਨਕ ਇੱਕ ਜਵਾਬ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਸਾਰੇ ਕੈਨੇਡਾ ਦੇ ਕੰਸਲਟੈਂਟਸ ਭਰਾਵਾਂ ਦੇ ਦਫ਼ਤਰਾਂ 'ਚ ਮੋਸਟਲੀ ਜਿਹੜੀਆਂ ਕੁੜੀਆਂ ਰੱਖੀਆਂ ਉਹ ਦਿੰਦੀਆਂ ਨੇ ਕਿ ਤੁਹਾਡੇ ਜੀ ਨੰਬਰ ਘੱਟ ਨੇ ਇਸ ਕਰਕੇ ਵੀਜ਼ਾ ਨਹੀਂ ਲੱਗਿਆ। ਮੇਰਾ ਇੱਕ ਸਵਾਲ ਹੈ ਸਟਾਫ ਨੂੰ ਔਰ ਕੰਸਲਟੈਂਟਸ ਭਰਾਵਾਂ ਨੂੰ ਕਿ ਨੰਬਰ ਤਾਂ ਜਦੋਂ ਅਪਲਾਈ ਕੀਤਾ ਉਦੋਂ ਹੀ ਘੱਟ ਸੀਗੇ। ਬਿਲਕੁਲ। ਕਿ ਉਦੋਂ ਇਹ ਅਸੈਸਮੈਂਟ ਨਹੀਂ ਕਰ ਪਾਉਂਦੇ, ਜਿਵੇਂ ਤੁਸੀਂ ਇੱਕ ਵਰਡ ਯੂਜ਼ ਕੀਤਾ ਕਿ ਟੁੱਕਾ ਲਾਉਂਦੇ ਨੇ, ਜਾਂ ਸਹੀ ਤਰੀਕਾ ਕੀ ਹੈ? ਜਿਵੇਂ ਹੁਣ 5 ਸਬਜੈਕਟ ਨੇ, ਉਹਨਾਂ ਦੇ ਵਿੱਚੋਂ 2 'ਚ ਤੁਹਾਡੇ ਬਹੁਤ ਵਧੀਆ ਆ ਗਏ, 60-60, ਬਾਕੀਆਂ 'ਚ 40-40 ਨੇ, ਐਸੀਆਂ ਪ੍ਰੋਫਾਈਲਸ ਜਿਹੜੀਆਂ ਨੇ ਉਹ ਕੀ ਕਰਨ? ਦੇਖੋ ਸੰਤ ਸਾਹਿਬ, ਇਹੀ ਚੀਜ਼ ਹੈਗੀ ਆ ਅਵੈਲੂਏਸ਼ਨ ਕਰਨ ਦੀ। ਦੇਖੋ ਪ੍ਰੋਫਾਈਲ ਜੇ ਤਾਂ ਤੁਹਾਨੂੰ ਅਪਫਰੰਟ ਦਿਖਦੀ ਪਈ ਹੈਗੀ ਆ, ਰਾਦਰ ਦੈਨ ਗਿਵ ਦਮ ਅ ਫਾਲਸ ਹੋਪ, ਦੱਸ ਦਿਓ ਕਿ ਆਹ ਜਿਹੜੀ ਚੀਜ਼ਾਂ, ਜੇ ਤਾਂ ਕੋਰ ਸਬਜੈਕਟਸ ਵਿੱਚੋਂ ਉਹਨਾਂ ਦੇ ਨੰਬਰ ਜਿਹੜੇ ਨੇ ਕਾਫੀ ਨੇ, ਮੀਨਸ 60% ਅਬਵ ਦੀ ਤੁਸੀਂ ਗੱਲ ਕੀਤੀ ਹੈਗੀ ਆ। ਫਾਰ ਐਗਜ਼ਾਮਪਲ ਆਪਾਂ ਕਾਮਰਸ ਲੈ ਲੈਂਦੇ ਹੈਗੇ, ਇਕਨੋਮਿਕਸ, ਅਕਾਊਂਟਸ ਐਂਡ ਜਨਰਲ ਬਿਜ਼ਨਸ ਵਿੱਚੋਂ ਬੱਚਾ ਕਾਫੀ ਵਧੀਆ ਨੰਬਰ ਲੈ ਕੇ ਬੈਠਾ ਹੈਗਾ ਵਾ, ਯੂ ਨੋ ਇੰਗਲਿਸ਼ ਵਿੱਚੋਂ ਵੀ ਉਹਦੇ ਐਵਰੇਜ ਨੰਬਰ ਨੇ, ਅਤੇ ਆਇਲਸ ਵਿੱਚੋਂ ਕਵਰ ਅਪ ਕਰਦਾ ਹੈਗਾ ਵਾ, ਇਟ ਇਜ਼ ਅ ਪੋਜ਼ਿਟਿਵ ਪ੍ਰੋਫਾਈਲ। ਹੁਣ ਅਕਾਊਂਟਸ ਵਿੱਚੋਂ ਉਹਦੇ ਨੰਬਰ ਨੇ 38, ਇਕਨੋਮਿਕਸ ਵਿੱਚੋਂ ਨੰਬਰ ਨੇ 42, ਇੰਗਲਿਸ਼ ਵਿੱਚੋਂ ਨੰਬਰ ਲੈ ਕੇ ਬੈਠਾ ਉਹ 92%, ਪੰਜਾਬੀ 'ਚੋਂ ਲਏ ਹੋਏ ਆ 92%, ਓਵਰਆਲ ਪਰਸੈਂਟੇਜ ਉਹ 70% ਕੋਰ ਸਬਜੈਕਟ ਵੀਕ ਨੇ ਲੈਂਗੁਏਜ 'ਚ, ਭਾਸ਼ਾ 'ਚ, ਦੈਟਸ ਰਾਈਟ, ਹਾਈ ਨੇ। ਸੋ ਜਿਹੜਾ ਇਮੀਗ੍ਰੇਸ਼ਨ ਆਫੀਸਰ ਹੈਗਾ ਵਾ ਉਹਨਾਂ ਨੂੰ ਵੀ ਗਾਈਡਲਾਈਨਸ ਨੇ ਕਿਹੜਾ ਕੋਰਸ ਪਿੱਕ ਕਰ ਰਿਹਾ ਹੈਗਾ ਵਾ, ਐਟਲੀਸਟ ਦੇਖੋ ਸਹੀ ਇਹ ਬੱਚੇ ਦੀ ਟੈਂਡੈਂਸੀ ਹੈਗੀ ਆ ਕਿ ਇਹ ਕੋਰਸ ਨੂੰ ਉਹ ਐਂਡ ਆਫ ਦਾ ਡੇ ਪੜ੍ਹ ਵੀ ਪਾਊਗਾ, ਇਹਦੇ ਵਿੱਚ ਜਿਹੜੀ ਹੈਗੀ ਆ ਸਕਸੈਸ ਹਾਸਲ ਵੀ ਕਰ ਪਾਊਗਾ। ਜੇ ਨਹੀਂ ਹੈ ਤਾਂ ਤੁਹਾਨੂੰ ਸਾਹਮਣੇ ਦਿਖਦਾ ਪਿਆ, ਘੱਟੋ ਘੱਟ ਜਾਂ ਤਾਂ ਉਹਨਾਂ ਨੂੰ ਕਹੋ ਕਿ ਜਨਰਲ ਪ੍ਰੋਗਰਾਮ ਆਪਾਂ ਲੈ ਕੇ ਦਈਏ, ਵਾਈ ਯੂ ਪਿੱਕ ਅ ਸਪੈਸ਼ਲਾਈਜ਼ ਪ੍ਰੋਗਰਾਮ ਫਾਰ ਪੀਪਲ ਲਾਈਕ ਦੋਜ਼।
ਸੋ ਇਹੀ ਅਵੇਅਰਨੈਸ ਜਿਹੜੀ ਹੈਗੀ ਆ ਬਿਗਨਿੰਗ 'ਚ, ਇਹ ਉਦੋਂ ਦੱਸਦੇ ਆ ਕਿ ਜਦੋਂ ਰਿਫਿਊਜ਼ਲ ਆ ਗਿਆ। ਦੈਨ ਹੁਣ ਜੋ ਸਾਡੇ ਕੋਲ ਇਸ ਵਾਰੀ ਸਾਡੇ ਕੋਲ ਆ ਜਿਹੜੀ ਵਰਕਸ਼ਾਪ ਆ, ਆਲਮੋਸਟ 15-20 ਕੇਸਿਸ ਇੱਦਾਂ ਦੇ ਆਏ ਰਿਫਿਊਜ਼ ਕੇਸਿਸ ਜਿਨ੍ਹਾਂ ਨੂੰ ਬੈਂਡਸ ਘੱਟ ਹੋਣ ਕਰਕੇ ਨੰਬਰ ਬਹੁਤ ਵਧੀਆ ਸੀ, ਤੂੰ ਭਾਈ USA ਦਾ ਅਪਲਾਈ ਕਰ ਲਾ। 5.5 ਬੈਂਡ ਵੀ ਆਏ ਹੋਏ ਸੀ, ਹਾਈਡ ਇਟ, ਡੋਂਟ ਟੈਲ ਦਾ ਯੂ ਨੋ ਇਮੀਗ੍ਰੇਸ਼ਨ ਡਿਪਾਰਟਮੈਂਟ ਕਿ ਤੁਸੀਂ ਐਜ਼ ਅਪੀਅਰ ਹੋਏ ਹੋ। ਹੁਣ ਉਹ ਰਿਫਿਊਜ਼ਲ ਵਾਈ ਬੈਠੇ ਨੇ, ਜਿਹੜੀ ਕਿ ਮਹੀਨਾ ਡੇਢ ਮਹੀਨਾ ਉਹ ਬੱਚਾ ਦੁਬਾਰਾ ਰੀਅਪੀਅਰ ਹੋ ਕੇ ਯੂ ਨੋ ਆਇਜ਼ ਵਿੱਚ ਬੈਂਡ ਲੈ ਕੇ, ਬਹੁਤ ਆਈਡੀਅਲ ਪ੍ਰੋਫਾਈਲ ਸੀ, 75% ਯੂ ਨੋ ਇਟਸ ਅ ਗੁੱਡ ਟੂ ਗੋ ਪ੍ਰੋਫਾਈਲ। ਬਟ ਉਹੀ ਗੱਲ ਸੰਤ ਸਾਹਿਬ ਆਉਂਦੀ ਹੈਗੀ ਆ, ਦੱਸਿਆ ਉਦੋਂ ਜਾਂਦਾ ਵਾ ਜਦੋਂ ਉਹਦਾ ਨੈਗੇਟਿਵ ਰਿਜ਼ਲਟ ਆ ਜਾਂਦਾ, ਰਿਫਿਊਜ਼ਲ ਘੱਟ ਨੇ ਆ ਉਹ ਬਾਅਦ 'ਚ ਕਸੂਰ ਨਿਕਲਦੇ ਨੇ। ਸੋ ਤਾਂ ਹੀ ਅਸੀਂ ਕਹਿੰਦੇ ਕਿ ਐਕਸਪਰਟ ਕੋਲ ਜਾਓ, ਪਹਿਲਾਂ ਦੱਸਿਆ ਹੋਇਆ ਉਹਦਾ ਹੱਲ ਹੈਗਾ। ਜਦੋਂ ਰਿਫਿਊਜ਼ਲ ਆ ਗਈ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਕਰਦੀਆਂ, ਕੇਸ ਨੋਟ ਕਢਾਉਣੇ, ਡੇਢ ਡੇਢ ਮਹੀਨੇ ਦਾ ਕੰਮ, ਦੁਬਾਰਾ ਐਡਮਿਸ਼ਨਸ ਲੈਣੀਆਂ। ਅੱਜ ਕੱਲ੍ਹ ਜਿਵੇਂ ਆਪਾਂ SINP ਦੀ ਗੱਲ ਕੀਤੀ ਜਾਂ PNP ਦੀ ਗੱਲ ਕੀਤੀ, ਇਹਨਾਂ ਦੇ ਨਾਮ ਦੇ ਉੱਪਰ ਇੱਕ ਐਡਵਰਟੀਜ਼ਮੈਂਟ ਚੱਲ ਰਹੀ ਹੈ ਕਿ ਸਾਡੇ ਕੋਲ ਆਓ, ਅਸੀਂ ਉੱਥੇ ਤੁਹਾਨੂੰ ਐਡਮਿਸ਼ਨ ਕਰਾਵਾਂਗੇ, ਪੜ੍ਹਾਈ ਦੇ ਨਾਲ ਚੱਲਦੇ ਚੱਲਦੇ ਤੁਹਾਡੀ PR ਹੋ ਜਾਣੀ ਹੈ, 20 ਕੇਸ ਚੱਕੀ ਜਾਂਦੇ ਨੇ, 5.5 ਦੇ ਉੱਪਰ, 50% ਦੇ ਉੱਪਰ ਐਪਲੀਕੇਸ਼ਨਾਂ ਪਾਈਆਂ ਜਾ ਰਹੀਆਂ। ਬੱਚੇ ਨੂੰ ਇਉਂ ਲੱਗਦਾ ਕਿ ਸ਼ਾਇਦ ਇਹਨਾਂ ਕੋਲ ਕੋਈ ਵੱਖਰੀ ਚੀਜ਼ ਹੈਗੀ ਹੈ, ਪਰ ਜਦੋਂ ਕੋਈ ਇੰਟੀਮੇਸ਼ਨ ਅੰਬੈਸੀ ਮੰਨੋ ਜਾਂ ਹਾਈ ਕਮਿਸ਼ਨ ਵੱਲੋਂ ਆਉਂਦੀ, ਉਹ ICCRC ਮੈਂਬਰ ਨੂੰ ਤਾਂ ਪਹਿਲਾਂ ਮੇਰੇ ਖਿਆਲ ਫੈਸਿਲੀਟੇਟ ਕਰਦੇ ਹੋਣੇ। ਦੇਖੋ ICCRC ਮੈਂਬਰ ਨੂੰ ਕੋਈ ਉਹ ਐ ਨਹੀਂ ਟ੍ਰੀਟ ਕਰਦੇ ਕਿ ਉਹ ਸਾਨੂੰ ਸਪੈਸ਼ਲ ਚਿੱਠੀ ਭੇਜਦੇ ਹੈਗੇ ਆ, ਹੈਗੀਆਂ ਵਾ ਜਿਹੜੇ ਐਡ ਦਿੰਦੇ ਆ, ਬਿਲਕੁਲ ਨਹੀਂ ਭੇਜਦੇ। ਉਹੀ ਤਾਂ ਗੱਲ ਹੈਗੀ ਆ, ਬੀਇੰਗ ਐਨ ਇਮੀਗ੍ਰੇਸ਼ਨ ਐਕਸਪਰਟ ਵੀ ਯੂ ਨੋ ਸਟੱਡੀ ਐਵਰੀ ਸਿੰਗਲ ਡੇ ਕਿਹੜੀਆਂ ਚੇਂਜਿਸ ਆਉਂਦੀਆਂ ਹੈਗੀਆਂ। ਸਾਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਲਾਇਸੈਂਸ ਹੀ ਨਹੀਂ ਰੀਨਿਊ ਕਰਦਾ ਈਅਰਲੀ, ਜਦੋਂ ਤੱਕ ਤੁਸੀਂ ਉਹ ਦਿਖਾਉਂਦੇ ਨਹੀਂ ਕਿ ਤੁਸੀਂ ਇਸ ਚੀਜ਼ ਦੀ ਜਿਹੜੀ ਹੈਗੀ ਅਪ ਟੂ ਡੇਟ ਹੋ। ਹੁਣ ਤੁਸੀਂ SINP ਦੀ ਗੱਲ ਕੀਤੀ ਹੈ, SINP ਸਟੈਂਡ ਫੋਰ ਸਸਕੈਚਮੈਨ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ। ਹੁਣ ਮੋਸਟ ਆਫ ਦੇ ਬੱਚਿਆਂ ਨੂੰ, ਤੁਸੀਂ ਜਿਵੇਂ ਆਫ ਦਾ ਰੈਕਡ ਗੱਲ ਕਰਦੇ ਪਏ ਸੀ, ਬੱਚਿਆਂ ਨੂੰ ਤਾਂ ਇਹੀ ਸੈਲ ਕਰੀ ਜਾਂਦੇ ਆ ਕਿ SINP ਕੈਟੇਗਰੀ 'ਚ ਤੁਹਾਨੂੰ ਜਿਹੜਾ ਸਟੱਡੀ ਪਰਮਿਟ ਲੈ ਕੇ ਦੇਵਾਂਗੇ। SINP ਇੱਕ ਪ੍ਰੋਵਿੰਸ ਦਾ ਇਮੀਗ੍ਰੇਸ਼ਨ ਪ੍ਰੋਗਰਾਮ ਆ ਜਿਹਦੇ ਵਿੱਚ ਡਿਫਰੈਂਟ ਕੈਟੇਗਰੀਜ਼ ਆਉਂਦੀਆਂ ਨੇ। ਉਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੀ ਕੈਟੇਗਰੀ ਵੀ ਹੈ, ਉਹ 'ਚ ਇੰਟਰਪਨੋਰ ਦੀ ਕੈਟੇਗਰੀ ਵੀ ਆ, ਉਹ 'ਚ ਸਕਿੱਲਡ ਵਰਕਰ ਕੈਟੇਗਰੀ ਵੀ ਹੈਗੀ ਆ। ਐਡ ਸੰਧੂ ਸਾਹਿਬ, ਇਹੀ ਤਾਂ ਗੱਲ ਹੈਗੀ, ਆਪਾਂ ਭਰਮਾਏ ਜਾਂਦੇ ਹਾਂ ਪੇਪਰਾਂ ਦੀ ਐਡਸ ਤੋਂ, ਆਪਾਂ ਘੋਖ ਨਹੀਂ ਕਰਦੇ ਕਿ ਕਿਹੜਾ ਬੰਦਾ, ਜਿਹੜਾ ਬੰਦਾ ਐਡ ਦੇ ਰਿਹਾ ਹੈਗਾ ਵਾ ਉਹਨੂੰ ਆਪ ਉਹਦੇ ਕੋਲ ਕੀ ਹੈਗਾ ਵਾ, ਕੀ ਉਹਨੂੰ ਉਸ ਪ੍ਰੋਗਰਾਮ ਦੀ ਸਮਝ ਵੀ ਹੈਗੀ ਆ। ਜੇ ਤੁਸੀਂ ਉਸਨੂੰ ਫੁੱਲ ਫੋਰਮ ਹੀ ਉਸ ਪ੍ਰੋਗਰਾਮ ਦੀ ਪੁੱਛ ਲਏ, ਆਈ ਕੈਮ ਬੈਟ ਉਹਦੀ ਫੁੱਲ ਫੋਰਮ ਤੁਹਾਨੂੰ ਨਹੀਂ ਦੱਸ ਪਾਊਗਾ। ਬਟ ਗੱਲ ਕੀ ਹੈਗਾ ਵਾ, ਉੱਪਰੋਂ ਇੰਸਟਰਕਸ਼ਨ ਆਉਂਦੀਆਂ ਨੇ ਭਾਈ ਇਹਨੂੰ ਵੇਚਣਾ ਵਾ ਕਰੀ ਚੱਲੋ, ਬਟ ਗੱਲ ਕੀ ਹੁੰਦੀ ਆ, ਜਦੋਂ ਤੁਸੀਂ ਇਨਰੋਲ ਹੋ ਜਾਂਦੇ ਹੋ ਫਿਰ ਇੱਕ ਨਹੀਂ ਦੂਜੀ ਕੈਟੇਗਰੀ, ਦੂਜੀ ਨਹੀਂ ਤੀਜੀ ਕੈਟੇਗਰੀ। ਇਹ ਗੱਲ ਜਿਹੜੀ ਹੈਗੀ ਆ ਇਨਰੋਲ ਹੋਣ ਤੋਂ ਪਹਿਲਾਂ ਸਮਝੋ। ਹੋਰ ਸਾਡੀ ਵਰਕਸ਼ਾਪ ਇਹ ਕਰਨ ਦਾ ਕਾਰਨ ਕੀ ਹੈਗਾ ਵਾ, ਇਹੀ ਅਵੇਅਰਨੈਸ ਕਰਦੇ ਪਏ ਹੈਗੇ ਆ, ਬਿਫੋਰ ਯੂ ਸਟਾਰਟ ਸਟੱਡੀ, ਕਿਹੜੀ ਸਟੱਡੀ, ਸਟੱਡੀ ਤੋਂ ਬਾਅਦ ਕਿੱਥੇ ਵਰਕ ਪਰਮਿਟ, ਵਰਕ ਕਰਨਾ ਵਾ ਤਾਂ ਉਸ ਤੋਂ ਬਾਅਦ ਕਿਹੜੀ ਪ੍ਰੋਵਿੰਸ ਵਿੱਚ PR, PR ਸਟੇਟ ਥਰੂ ਨਹੀਂ ਤਾਂ ਆਪਾਂ ਫੈਡਰਲ ਥਰੂ ਅੰਡਰ CEC ਐਕਸਪੀਰੀਅੰਸ ਕਲਾਸ ਜਿਹੜੀ ਆ ਬਹੁਤ ਈਜ਼ੀ ਢੰਗ ਦੇ ਨਾਲ ਹੋ ਰਹੀ ਹੈ। ਕਾਂਗ ਸਾਹਿਬ, ਇੱਕ ਹੋਰ ਪੰਜਾਬ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ, ਮੰਨ ਲਓ ਮੈਂ ਇੱਕ ਕੰਸਲਟੈਂਟ ਹਾਂ, ਮੇਰੇ ਕੋਲ ਕੋਈ BC ਦਾ ਕਾਲਜ ਨਹੀਂ ਹੈ, ਮੇਰੇ ਕੋਲ ਮੈਨੀਟੋਬਾ ਦਾ, ਉੱਥੇ ਠੰਡ ਪੈਂਦੀ ਹੈ ਜੀ, ਮੈਂ ਉਹਨੂੰ ਬੱਚੇ ਨੂੰ ਧੱਕੇ ਨਾਲ ਭੇਜ ਦਿੰਦਾ ਇਹ ਕਹਿ ਕੇ ਕਿ ਤੂੰ ਪਹੁੰਚ ਬਸ 15 ਦਿਨ 'ਚ ਤੇਰਾ ਜਿਹੜਾ ਕਾਲਜ ਆ ਉਹ ਚੇਂਜ ਕਰ ਦਾਂਗੇ, ਇਜ਼ ਇਟ ਰਾਈਟ ਵੇ ਕਿ ਕੈਨੇਡਾ ਜਾ ਕੇ ਅਸੀਂ ਕਾਲਜ ਚੇਂਜ ਕਰ ਲਈਏ? ਦੇਖੋ ਇਹ ਜਿਹੜੀ ਹੈ ਨਾ ਦੌੜ, ਸੰਧੂ ਸਾਹਿਬ ਬਹੁਤ ਤੁਹਾਡਾ ਵਾਈਬਲ ਕੁਐਸਚਨ ਹੈਗਾ ਵਾ ਕਿ ਕਾਲਜ ਚੇਂਜ ਕਰਨਾ ਕੀ ਇੱਕ ਸਹੀ ਯੂ ਨੋ ਤਰੀਕਾ ਹੈਗਾ ਵਾ। ਦੇਖੋ ਜਦੋਂ ਬੱਚਿਓ ਦੋਸਤੋ ਕਿ ਤੁਹਾਨੂੰ ਪਹਿਲਾਂ ਇਸ ਚੀਜ਼ ਨੂੰ ਤੁਸੀਂ ਕੈਲਕੂਲੇਟ ਹੀ ਨਹੀਂ ਕਰਦੇ, ਵੀਜ਼ਾ ਲਵਾ ਲੈਂਦੇ ਹੋ, ਸਟੱਡੀ ਪਰਮਿਟ ਤੁਹਾਨੂੰ ਮਿਲ ਜਾਂਦਾ ਹੈਗਾ ਵਾ, ਫਿਰ ਆਫਟਰ 15 ਦੇ ਤੁਸੀਂ ਇੱਕ ਪ੍ਰੋਵਿੰਸ ਨਹੀਂ ਦੂਜੀ ਪ੍ਰੋਵਿੰਸ ਵਿੱਚ। ਹੁਣ ਇਹ ਚੀਜ਼ਾਂ ਆਪਾਂ ਪਹਿਲਾਂ ਕਿਉਂ ਨਹੀਂ ਕੈਲਕੂਲੇਟ ਕਰਦੇ? ਹੁਣ ਸੰਤ ਸਾਹਿਬ ਇੱਕ ਚੀਜ਼ ਮੈਂ ਹੋਰ ਇੱਥੋਂ ਥੋੜ੍ਹੀ ਜਿਹੀ ਟਰੈਕ ਤੋਂ ਹਟ ਰਿਹਾ ਵਾਂ, ਲੋਕ ਕੀ ਕਰਦੇ ਨੇ ਕਿ ਜੀ ਸਾਡਾ ਰਿਸ਼ਤੇਦਾਰ ਮੈਨੀਟੋਬਾ ਵਿੱਚ ਆ, ਵਿਨੀਪੈਗ ਵਿੱਚ ਆ, ਸਾਨੂੰ ਉੱਥੇ ਹੀ ਭੇਜੋ, ਸਾਡਾ ਰਿਸ਼ਤੇਦਾਰ ਸਸਕੈਚਵੈਨ ਵਿੱਚ ਆ, ਉੱਥੇ ਹੀ ਭੇਜੋ। ਹੁਣ ਗੱਲ ਕੀ ਆਉਣੀ ਹੈਗੀ ਆ, ਤੁਸੀਂ ਇਹ ਜਿਹੜੀ ਪਾਵਰ ਆ ਆਪਣੇ ਕੰਸਲਟੈਂਟ ਨੂੰ ਦਿਓ। ਹੁਣ ਫਾਰ ਐਗਜ਼ਾਮਪਲ ਮੈਨੀਟੋਬਾ ਵਿੱਚ ਆ, ਮੈਨੀਟੋਬਾ 'ਚ 3-4 ਇੰਸਟੀਟਿਊਸ਼ਨ ਨੇ, ਸਿਰ ਕਢਵੇਂ MITT, ਯੂ ਨੋ ਰੈੱਡ ਰਿਵਰ ਕਾਲਜ, SS ਨੇ ਬੋਨੇ, ਫਸਟ ਆਫ ਆਲ ਉਹਨਾਂ ਦੀਆਂ ਰਿਕੁਆਇਰਮੈਂਟਸ ਬਹੁਤ ਹਾਈ ਨੇ, ਨੰਬਰ 2 ਉਹਨਾਂ ਦੀ ਜਿਹੜੀ ਪ੍ਰੋਗਰਾਮ ਅਵੇਲੇਬਿਲਿਟੀ ਆ 2018 ਤੱਕ ਪਹੁੰਚੀ ਹੋਈ ਹੈਗੀ ਆ। ਕੀ ਤੁਸੀਂ ਆਪਣੇ 6 ਮਹੀਨੇ ਸਾਲ ਜਿਹੜੇ ਖਰਾਬ ਕਰਨ ਨੂੰ ਰੈਡੀ ਹੋ? ਜੇ ਤਾਂ ਰੈਡੀ ਹੋ ਫਿਰ ਤਾਂ ਵੇਟ ਕਰੋ, ਬਟ ਤੁਸੀਂ ਦੇਖੋ ਇੱਕ ਇੱਕ ਮਿੰਟ, ਇੱਕ ਇੱਕ ਦਿਨ ਤੁਹਾਡਾ ਕੀਮਤੀ ਹੈਗਾ ਵਾ। ਹੋ ਸਕਦਾ ਵਾ ਕਿ ਤੁਸੀਂ ਕਿਸੇ ਦੂਸਰੇ ਪ੍ਰੋਵਿੰਸ ਵਿੱਚ ਜਾ ਕੇ ਜਿੱਥੇ ਕਿ ਪ੍ਰੋਗਰਾਮ, ਫਾਰ ਐਗਜ਼ਾਮਪਲ ਅੰਟਾਰੀਓ ਵਿੱਚ ਮੈਕਸੀਮਮ ਟੈਕਨੀਕਲ ਕਾਲਜਿਸ ਨੇ, ਮੈਕਸੀਮਮ ਟੋਪ ਨੋਚ ਇੰਸਟੀਟਿਊਸ਼ਨ ਨੇ, ਤੁਸੀਂ ਉੱਥੇ ਪੜ੍ਹਾਈ ਕਰਕੇ ਤੁਸੀਂ ਫਿਰ ਸਵਿੱਚ ਕਰ ਜਾਓ ਪੜ੍ਹਾਈ ਤੋਂ ਬਾਅਦ, ਤੇ ਜਿਹੜੀ PR ਲੈਣੀ ਜਿਹੜੀ ਹੈਗੀ ਆ ਫਿਰ ਵੀ ਤੁਹਾਡੇ ਲਈ ਇੱਕ ਰਸਤਾ ਹੈਗਾ, ਪਰ ਤੁਸੀਂ ਉਹ ਆਪਣਾ ਟਾਈਮ ਤਾਂ ਨਹੀਂ ਖਰਾਬ ਕੀਤਾ। ਨੰਬਰ 2 ਜਿਹੜੀ ਤੁਸੀਂ ਗੱਲ 'ਤੇ ਆਏ ਹੋ ਕਿ ਉੱਥੇ ਪਹੁੰਚ ਕੇ ਕਾਲਜ ਚੇਂਜ ਕਰਨਾ,
ਜਦੋਂ ਇਦਾਂ ਦੇ ਕੇਸਿਸ ਸਾਹਮਣੇ ਆਏ ਆ ਸਾਡੇ ਕੋਲ ਕੈਨੇਡਾ ਆਫਿਸ ਵਿੱਚ, ਜਦੋਂ ਦੋ ਦੋ ਕਾਲਜਸ ਬੱਚੇ ਚੇਂਜ ਕਰ ਚੁੱਕੇ ਸੀ ਤੇ ਤੀਜਾ ਕਾਲਜ ਵਿੱਚ ਫਿਰ ਐਡਮਿਸ਼ਨ ਲੈ ਲਈ, ਜਦੋਂ ਉਹ ਚੈੱਕ ਕੀਤਾ ਉਹਨਾਂ ਦਾ ਡੈਜ਼ਿਗਨੇਟਡ ਲਰਨਿੰਗ ਜਿਹੜਾ ਇੰਸਟੀਟਿਊਸ਼ਨ ਦਾ ਲਾਇਸੈਂਸ ਉਹੀ ਕੈਂਸਲ ਸੀਗਾ। ਉਹਦੇ ਵਿੱਚ ਮੈਂ ਕੀ ਪਾਇਆ ਹੈਗਾ, ਘੱਟੋ ਘੱਟ 15-16 ਸਟੂਡੈਂਟ ਨੂੰ ਸਿੱਧਾ ਹੀ ਕਿਸੇ ਕੰਸਲਟੈਂਟ ਨੇ ਜਾਂ ਏਜੰਟ ਨੇ ਸਵਿੱਚ ਕਰਤਾ। ਹੁਣ ਇਹ ਦੇਖਿਆ ਤੱਕ ਨਹੀਂ ਕਿ ਜਿਹੜੇ ਇੰਸਟੀਟਿਊਸ਼ਨ ਵਿੱਚ ਉਹਨਾਂ ਨੂੰ ਐਡਮਿਸ਼ਨ ਲੈ ਕੇ ਦੇ ਰਹੇ ਹੈਗੇ ਆ, ਕੀ ਉਹ ਸੈਂਟਰ ਗੌਰਮੈਂਟ ਦੀਆਂ ਕਦਰੀਆਂ ਕੀਮਤਾਂ 'ਤੇ ਪੂਰਾ ਵੀ ਉਤਰਦਾ ਹੈਗਾ ਵਾ। ਜਦੋਂ ਰਿਪੋਰਟ ਜਿਹੜੀ ਹੈਗੀ ਆ ਉਹਨਾਂ ਨੇ CIC ਨੂੰ ਦਿੱਤੀ, ਉਹ ਕਹਿੰਦੇ ਤੁਹਾਡਾ ਇੰਸਟੀਟਿਊਸ਼ਨ ਤਾਂ ਹੈ ਹੀ ਨਹੀਂ ਗਾ ਲਿਸਟ ਵਿੱਚ, ਦੇ ਕੈਂਸਲ ਦੇਅਰ ਸਟੱਡੀ ਪਰਮਿਟ। ਸੋ ਉੱਥੇ ਪ੍ਰੋਬਲਮ ਜਦੋਂ ਆਈ, ਤੁਸੀਂ ਸਮਾਰਟਨੈਸ ਆਪਣੀ ਪਲੇ ਕਰਦੇ ਕਰਦੇ ਜਿਹੜਾ ਰਸਤਾ ਤੁਹਾਨੂੰ ਮਿਲਿਆ ਸੀ ਉਹਨੂੰ ਵੀ ਗਵਾ ਬੈਠੇ। ਇੱਕ ਚੀਜ਼ ਦੀ ਸਮਝ ਨਹੀਂ ਲੱਗਦੀ, ਆਸਟ੍ਰੇਲੀਆ 'ਚ ਇੱਕ ਐਕਸਕਿਊਜ਼ ਲੈਂਦੇ ਸੀ ਬੱਚੇ, ਜੀ ਮੈਨੂੰ ਡਿਗਰੀ 'ਚ ਪਾ ਤਾ, ਮੈਂ ਡਿਗਰੀ ਛੱਡ ਕੇ ਡਿਪਲੋਮਾ ਦੇ ਕਿਸੇ ਛੋਟੇ ਕਾਲਜ 'ਚ ਜਾਊਂਗਾ, ਮੇਰੀ ਫੀਸ ਬਚ ਜੂਗੀ। ਇੱਥੇ ਰੀਜ਼ਨ ਕੀ ਹੈ, ਕੀ ਕਾਰਨ ਹੈ, ਮਤਲਬ ਉੱਥੇ ਕੋਈ ਲੌਬੀ ਬੈਠੀ ਹੈ ਜਿਹੜੀ ਬੱਚਿਆਂ ਨੂੰ ਮਤਲਬ ਇਹ ਗੁੰਮਰਾਹ ਕਰਦੀ ਹੈ ਕਿ ਕਾਲਜ ਚੇਂਜ ਕਰ? ਦੇਖੋ ਬਿਲਕੁਲ ਦੇਅਰ ਇਜ਼ ਅ ਲੌਬੀ, ਯੂਨੋ ਉਹ ਕੀ ਚਲੋ ਦੇਖਦੇ ਕਿ ਬੱਚਾ ਇੱਥੇ ਪਹੁੰਚਿਆ ਹੋਇਆ, ਕੋਈ ਸਟੱਡੀ ਪਰਮਿਟ ਦੀ ਅਵੇਲੇਬਿਲਟੀ ਹੈਗੀ ਆ, ਹੁਣ ਇਹਨੂੰ ਸਵਿੱਚ ਕਰੋ ਕਿ ਸਾਨੂੰ ਜਿਹੜਾ ਹੈਗਾ ਵਾ ਸ਼ੇਅਰ ਕਮਿਸ਼ਨ ਜਿਹੜਾ ਹੈਗਾ ਵਾ ਇੰਸਟੀਟਿਊਸ਼ਨ ਤੋਂ ਮਿਲ ਜਾਊਗਾ। ਬਟ ਉਹ ਇਹ ਨਹੀਂ ਦੇਖਦੇ ਜਿਹੜਾ ਬੱਚਾ, ਜਿਹੜੇ ਮਾਪਿਆਂ ਦੇ ਪੈਸੇ ਲੱਗੇ, ਬੱਚੇ ਦੀ ਲਾਈਫ ਹੈਗੀ ਆ, ਕਿ ਇਹਨਾਂ ਨੇ ਫਿਊਚਰ ਵਿੱਚ ਜਿਹੜੀ ਆਪਣੀ ਮੰਜ਼ਿਲ ਨੂੰ ਪਾ ਵੀ ਸਕਣਾ, ਉਹ ਆਪਣੇ ਸੌੜੇ ਹਿੱਤ ਦੇ ਲਈ ਥੋੜ੍ਹੇ ਜਿਹੇ ਕਮਿਸ਼ਨ ਦੇ ਲਈ ਇੱਦਾਂ ਦੇ ਬੱਚਿਆਂ ਨੂੰ ਐਵੇਂ ਲੁਭਾਵਣੇ ਸੁਪਨੇ ਦਿਖਾ ਕੇ ਕਿ ਤੁਸੀਂ ਇੱਥੇ ਨਹੀਂ ਕੰਮ ਨਹੀਂ ਹੈਗਾ, ਤੁਸੀਂ ਵੱਡੀ ਸਿਟੀ ਚਲ ਜਾਓ, ਉੱਥੇ ਤੁਹਾਨੂੰ ਕੰਮ ਮਿਲ ਜੂਗਾ। ਇਹ ਰੁਝਾਨ ਜਿਹੜਾ ਰਣਵੀਰ ਜੀ, ਬਿਲਕੁਲ ਗਲਤ ਰੁਝਾਨ ਹੈਗਾ ਵਾ। ਬੱਚੇ ਨੂੰ ਜੇ ਤੁਸੀਂ ਇੱਥੋਂ ਹੀ ਕੌਂਸਲਿੰਗ ਕਰਕੇ ਭੇਜੋਗੇ, ਬੱਚੇ ਨੂੰ ਇਹ ਚੀਜ਼ਾਂ ਇੱਥੋਂ ਹੀ ਦੱਸ ਕੇ ਘੱਲੂੰਗਾ, ਦੇਖ ਬੱਚਾ ਆਹ ਪ੍ਰੋਗਰਾਮ ਆ, ਇਹਦਾ ਆਹ ਆਊਟਕਮ ਆ, ਹੋ ਸਕਦਾ ਤੈਨੂੰ ਮਹੀਨਾ ਡੇਢ ਮਹੀਨਾ ਕੰਮ ਨਾ ਮਿਲੇ, ਬਟ ਗੱਲ ਕੀ ਹੈਗਾ, ਆਪਾਂ ਕੋਈ 4 ਮਹੀਨੇ 6 ਮਹੀਨੇ ਦੇ ਕੰਮ ਲਈ ਨਹੀਂ ਜਾ ਰਹੇ, ਆਪਾਂ ਜਿਹੜੀ ਆਪਣੀ ਜ਼ਿੰਦਗੀ ਸੈਟਲ ਕਰਨ ਜਾ ਰਹੇ ਹੈਗੇ ਹਾਂ, ਉਹ ਤਾਂ ਹੀ ਹੋਊਗਾ ਜੇ ਆਪਾਂ ਲੌਂਗ ਰਨ ਵਿੱਚ ਪਲੈਨਿੰਗ ਕੀਤੀ ਹੋਊਗੀ। ਸੋ ਉਹ ਪਲੈਨਿੰਗ ਤੁਹਾਡੀ ਜਿਹੜੀ ਹੈਗੀ ਆ, ਉਹੀ ਬੰਦਾ ਤੁਹਾਨੂੰ ਕਰਕੇ ਦੇ ਸਕਦਾ ਜਿਹਨੂੰ ਪਤਾ ਵਾ ਉਸ ਕੰਟਰੀ ਵਿੱਚ ਫਿਊਚਰ ਵਿੱਚ ਕਿਹੜੀਆਂ ਚੀਜ਼ਾਂ ਦੀ, ਕਿਹੜੇ ਆਕੂਪੇਸ਼ਨ ਦੀ ਡਿਮਾਂਡ ਆ ਰਹੀ ਹੈਗੀ ਆ, ਉਹ ਪ੍ਰੋਗਰਾਮ ਤੁਹਾਨੂੰ ਲੱਭ ਕੇ ਦਊਗਾ। ਜੇ ਉਹ ਤਰੀਕਾ ਸਹੀ ਤੁਸੀਂ ਅਪਣਾਇਆ, ਹੋ ਸਕਦਾ ਮਹੀਨਾ 2 ਮਹੀਨੇ ਤਾਂ ਤੁਹਾਨੂੰ ਜੋਬ ਨਾ ਮਿਲੇ, ਜਿਹੜਾ ਕਿ ਤੁਹਾਨੂੰ ਇੱਥੋਂ ਪਲੈਨਿੰਗ ਵੀ ਕਰਕੇ ਜਾਣੀ ਚਾਹੀਦੀ ਹੈ, ਬਟ ਲੌਂਗ ਰਨ ਵਿੱਚ ਤੁਸੀਂ ਇੱਦਾਂ ਦੀ ਵਧੀਆ ਜ਼ਰੀਆ ਪਾ ਲਓ, ਤੁਸੀਂ ਆਪ ਤਾਂ ਸੈੱਟ ਹੋਏ ਹੋ, ਆਪਣੀ ਫੈਮਿਲੀ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਦੀ ਵੀ ਹੈਲਪ ਕਰ ਪਾਓ। ਸ਼ਨੀਵਾਰ ਦੇ ਨਾਲ ਨਾਲ ਮੈਂ ਚਾਹੂੰਗਾ 2-4 ਮਿੰਟ ਤੁਸੀਂ ਇੱਥੇ ਵੀ ਸਟੱਡੀ ਵਰਕ ਐਂਡ ਸੈਟਲ 'ਤੇ ਲਾਓ, ਬੱਚਿਆਂ ਨੂੰ ਥੋੜ੍ਹਾ ਜਿਹਾ ਸਮਝਾਓ ਕਿ ਵੀਜ਼ਾ ਲੈਣਾ ਕਾਫੀ ਨਹੀਂ ਹੈ, ਉੱਧਰ ਪਹੁੰਚਣਾ ਕਾਫੀ ਨਹੀਂ ਹੈ, ਉੱਧਰ ਜਾ ਕੇ ਕੰਮ ਕਰਨਾ ਉਹ ਕਿਵੇਂ ਕਰਨਾ, ਸੇਮ ਫੀਲਡ 'ਚ ਕਰਨਾ, ਟੈਕਸ 'ਤੇ ਕਰਨਾ, ਨਹੀਂ ਕਰਨਾ। ਦੂਸਰੀ ਗੱਲ, ਜਿਹੜੇ ਸੈਟਲਮੈਂਟ ਹੈ ਉਹ ਕਿਵੇਂ ਹੋਏਗੀ, ਥੋੜ੍ਹੇ ਜਿਹੇ ਟਿਪਸ ਕੁਛ ਦਿਓਗੇ ਜੀ? ਬਿਲਕੁਲ ਰਣਵੀਰ ਜੀ, ਡੈਫੀਨੇਟਲੀ ਇਸੇ ਲਈ ਜਿਹੜੀ ਹੈਗੀ ਆ ਅਵੇਅਰਨੈਸ ਜਿਵੇਂ ਅਸੀਂ ਕ੍ਰੀਏਟ ਕਰ ਰਹੇ ਹੈਗੇ ਹਾਂ, ਦੇਖੋ ਬੱਚਿਓ, ਫਸਟ ਆਫ ਆਲ ਜਿਹੜਾ ਪ੍ਰੋਗਰਾਮ ਚਾਹੀਦਾ ਹੈਗਾ ਵਾ, ਤੁਸੀਂ ਮੇਕ ਸ਼ੋਰ ਕਰ ਲਓ ਉਹ ਜਿਹੜਾ ਹੈਗਾ ਕਿ ਜਿਹੜਾ ਤੁਹਾਨੂੰ ਉਹਦਾ ਕਰੀਕੁਲਮ ਹੈਗਾ ਵਾ ਕਿ ਵਾਕਿਆ ਹੀ ਤੁਹਾਨੂੰ ਸੂਟ ਕਰਦਾ ਹੈਗਾ ਵਾ, ਤੁਸੀਂ ਉਹ ਵਾਕਿਆ ਹੀ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਹੈਗੇ ਹਾਂ, ਅਤੇ ਜੋ ਤੁਸੀਂ ਕੀਤਾ ਹੈਗਾ ਵਾ ਉਹਦੇ ਨਾਲ ਮੈਚ ਕਰ ਰਿਹਾ ਹੈਗਾ ਵਾ, ਉਹਦੇ ਨਾਲ ਫਸਟ ਆਫ ਆਲ ਕੀ ਹੋਊਗਾ, ਆਪਾਂ ਨੇ ਸਟੱਡੀ ਪਰਮਿਟ ਜਿਹੜਾ ਹੈਗਾ ਵਾ ਉਹ ਤਾਂ ਡੈਫੀਨੇਟਲੀ ਅਵੇਲ ਹੋ ਜਾਊਗਾ, ਦੇ ਜੇ ਤੁਸੀਂ ਰਿਕੁਆਇਰਮੈਂਟ ਪੂਰੀਆਂ ਕਰਦੇ ਹੋ, ਤੁਹਾਨੂੰ ਸਟੱਡੀ ਪਰਮਿਟ ਮਿਲ ਗਿਆ, ਤੁਸੀਂ ਉਸ ਕੰਟਰੀ ਵਿੱਚ ਪਹੁੰਚ ਗਏ। ਨੰਬਰ 2, ਹੁਣ ਜਿਵੇਂ ਰਣਵੀਰ ਜੀ ਨੇ ਗੱਲ ਕੀਤੀ ਕਿ ਕੰਮ ਆਪਣੀ ਫੀਲਡ ਦਾ ਹੀ ਕਰਨਾ ਚਾਹੀਦਾ ਹੈਗਾ ਵਾ, ਦੇਖੋ ਜੇ ਤਾਂ ਤੁਹਾਨੂੰ ਕੋਆਪ ਪ੍ਰੋਗਰਾਮ ਮਿਲ ਗਿਆ ਫਿਰ ਤਾਂ ਉਹਦੇ ਨਾਲ ਦੀ ਤਾਂ ਰੀਸ ਹੀ ਕੋਈ ਨਹੀਂ, ਕਿਉਂਕਿ ਤੁਹਾਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਇੰਸਟੀਟਿਊਸ਼ਨ ਹੈਗੀ ਆ, ਦੇ ਵਿਲ ਅਰੇਂਜ ਆ ਕੋਆਪ ਟ੍ਰੇਨਿੰਗ ਫੋਰ ਯੂ, ਜੋਬ ਪ੍ਰੋਵਾਈਡ ਕਰਾਊਗੀ, ਉਹ ਤੁਹਾਨੂੰ ਜਿਹੜੇ ਹੈਗੇ ਆ ਇੰਪਲੋਇਜ਼ ਨੂੰ ਭੇਜਦੇ ਆ, ਗੋ ਐਂਡ ਯੂ ਨੋ ਚੈੱਕ ਇਟ ਆਊਟ। ਜੇ ਤੁਹਾਨੂੰ ਆਪਣੀ ਫੀਲਡ ਵਿੱਚ ਜੋਬ ਮਿਲ ਗਈ, ਜਿੱਦਾਂ SINP ਦੀ ਤੁਸੀਂ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਉਹਨਾਂ ਦੀ ਸਪੋਜ਼ ਕਰੋ ਤੁਸੀਂ ਸਸਕੈਚਵਿਨ ਪ੍ਰੋਵਿੰਸ ਵਿੱਚੋਂ ਕੋਆਪ ਪ੍ਰੋਗਰਾਮ ਤੁਹਾਡਾ ਲੱਗਿਆ ਹੋਇਆ ਹੈਗਾ ਵਾ, ਤੁਸੀਂ ਪੜ੍ਹਾਈ ਕੀਤੀ ਨਾਲ ਹੀ ਕੰਮ ਕਰਦੇ ਹੋ, ਉਹ ਇਸ ਚੀਜ਼ ਦੀ ਤੁਹਾਨੂੰ ਕ੍ਰੈਡਿਟ ਦਿੰਦੇ ਹੈਗੇ ਆ। ਜੇ ਤੁਹਾਡਾ ਕੋਆਪ ਦੇ ਵਿੱਚ ਟ੍ਰੇਨਿੰਗ ਲੱਗੀ ਹੋਈ ਹੈਗੀ ਆ, ਤੁਹਾਡੀ ਫੀਲਡ ਵਿੱਚ ਆ, ਦੇ ਕੈਨ ਇਨਕਲੂਡ ਟਵਰਡਸ ਯੋਰ ਵਰਕ ਐਕਸਪੀਰੀਅੰਸ। ਸਾਰੀਆਂ ਪ੍ਰੋਵਿੰਸਿਸ ਨਹੀਂ ਕਰਦੀਆਂ, ਕਈ ਪ੍ਰੋਵਿੰਸਿਸ ਇਸ 'ਤੇ ਬੈਨੀਫਿਟ ਦਿੰਦੀਆਂ ਨੇ। ਹੁਣ ਫਾਇਦਾ ਬੱਚਿਓ ਇਹਦਾ ਕੀ ਹੋਣਾ ਹੈਗਾ ਵਾ, ਜਿਹੜੀ ਵੀ ਚੀਜ਼ ਦੀ ਤੁਸੀਂ ਪੜ੍ਹਾਈ ਕਰਦੇ ਹੋ, ਜੇ ਉਹਦੇ ਵਿੱਚ ਹੀ ਤੁਹਾਨੂੰ ਕੰਮ ਮਿਲ ਗਿਆ, ਫਿਊਚਰ ਤੁਹਾਡਾ ਇੰਨਾ ਬ੍ਰਾਈਟ ਹੋ ਜਾਣਾ, ਕਿਉਂਕਿ ਹੋ ਸਕਦਾ ਤੁਸੀਂ ਇੰਪਲੋਇਰ ਨੂੰ ਇੰਨਾ ਇੰਪ੍ਰੈਸ ਕਰ ਦਿਓ, ਉਹ ਤੁਹਾਡੇ ਵਰਕ ਨੂੰ ਇੰਨਾ ਲਾਈਕ ਕਰੇ ਕਿ ਉਹ ਤੁਹਾਨੂੰ ਜਿਹੜੀ ਫੁੱਲ ਟਾਈਮ ਜੋਬ ਆਫਰ ਕਰ ਦੇਵੇ। ਕੱਲ੍ਹ ਸਰ ਇੱਕ ਸਵਾਲ ਜਿਹੜਾ ਤੁਹਾਨੂੰ ਰੋਕ ਰਿਹਾ ਵਿੱਚ, ਜਿਹੜਾ ਅਸੀਂ ਡਿਊਰਿੰਗ ਸਟੱਡੀ ਕੰਮ ਕਰਦੇ ਹਾਂ, ਮੰਨ ਲਓ ਆਪਾਂ ਸਾਨੂੰ ਸੇਮ ਫੀਲਡ 'ਚ ਜੋਬ ਮਿਲ ਗਈ, ਕੀ ਉਹ ਐਕਸਪੀਰੀਅੰਸ 'ਚ ਕਾਊਂਟ ਹੋ ਜਾਂਦਾ? ਨਹੀਂ, ਜਿੱਦਾਂ ਮੈਂ ਹੁਣੇ ਗੱਲ ਕੀਤੀ, ਸਾਰੀਆਂ ਪ੍ਰੋਵਿੰਸਿਸ ਨਹੀਂ ਕਾਊਂਟ ਕਰਦੀਆਂ, ਸਾਰੀਆਂ ਨਹੀਂ ਕਰਦੀ। ਇਹ ਜਿਹੜੇ ਇਹਦੇ ਵਿੱਚ ਵੀ 2 ਤਰੀਕੇ ਦੇਖਣ ਵਾਲੇ ਹੈਗੇ ਆ ਕਿ ਕਈ ਸਟੇਟਸ ਜਿਹੜੀਆਂ ਨੇ ਜਿਨ੍ਹਾਂ ਦੇ PNP ਪ੍ਰੋਗਰਾਮ ਫੋਰ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ,
ਫਾਰ ਐਗਜ਼ਾਮਪਲ ਸਸਕੈਚਵਨ ਜਿਹੜਾ ਉਹਨੂੰ ਕਾਊਂਟ ਕਰਦਾ ਹੈਗਾ ਵਾ, ਬ੍ਰਿਟਿਸ਼ ਕੋਲੰਬੀਆ ਨਹੀਂ ਕਾਊਂਟ ਕਰਦਾ। ਬ੍ਰਿਟਿਸ਼ ਕੋਲੰਬੀਆ ਕੀ ਕਹਿੰਦਾ ਵਾ, ਯੂਅਰ ਵਰਕ ਐਕਸਪੀਰੀਅੰਸ ਮਸਟ ਬੀ ਆਫਟਰ ਯੂ ਫਿਨਿਸ਼ ਯੂਅਰ ਕੋਰਸ ਆਫ ਸਟੱਡੀ, ਡਜ਼ਨਟ ਇਨਕਲੂਡ ਕੋਅਪ ਵਰਕ ਐਕਸਪੀਰੀਅੰਸ। ਸੋ ਉਹ ਜਿਹੜੀ ਗੱਲ ਹੈਗੀ, ਇੱਕ ਸਟੇਟ ਨੇ ਕੀਤਾ, ਦੂਜੀ ਨੇ ਨਹੀਂ ਕੀਤਾ। ਸੇਮ ਐਜ਼ ਫੈਡਰਲ ਗਵਰਨਮੈਂਟ, ਸੈਂਟਰ ਗਵਰਨਮੈਂਟ ਕੀ ਕਹਿੰਦੀ ਹੈਗੀ ਆ, ਅਸੀਂ ਤੁਹਾਡਾ ਪੜ੍ਹਦੇ ਹੋਏ ਜਿਹੜਾ ਕੰਮ ਕੀਤਾ ਹੋਇਆ ਉਹ ਵਰਕ ਐਕਸਪੀਰੀਅੰਸ ਵਿੱਚ ਨਹੀਂ ਕਾਊਂਟ ਕਰਾਂਗੇ। ਅਸੀਂ ਕਿਹੜਾ ਵਰਕ ਐਕਸਪੀਰੀਅੰਸ ਕਾਊਂਟ ਕਰਾਂਗੇ, ਜਿਹੜਾ ਤੁਹਾਡੀ ਫੀਲਡ ਦਾ ਹੋਵੇ, ਕੈਟੇਗਰੀ 0A ਔਰ B ਦਾ ਹੋਵੇ। ਇਹ ਕੈਟੇਗਰੀ ਨੇ ਸਕਿੱਲਡ ਕੈਟੇਗਰੀ, ਡਿਪੈਂਡ ਕਰਦਾ ਅਕੋਰਡਿੰਗ ਟੂ ਯੂਅਰ ਐਜੂਕੇਸ਼ਨ। ਉਹ ਕੀ ਕਹਿੰਦੇ ਨੇ ਕਿ ਪੜ੍ਹਾਈ ਕੀਤੀ ਹੋਵੇ, ਪੜ੍ਹਾਈ ਤੋਂ ਬਾਅਦ ਇਹਨਾਂ ਤਿੰਨਾਂ ਕੈਟੇਗਰੀ ਵਿੱਚ ਮਿਨੀਮਮ 1 ਸਾਲ ਦਾ ਵਰਕ ਐਕਸਪੀਰੀਅੰਸ ਹੋਵੇ ਆਫਟਰ ਯੂ ਫਿਨਿਸ਼ ਯੂਅਰ ਕੋਰਸ ਆਫ ਸਟੱਡੀ, ਦੈਨ ਯੂ ਆਰ ਐਲੀਜੀਬਲ ਟੂ ਅਪਲਾਈ ਅੰਡਰ CEC ਵਿਚ ਸਟੈਂਡਸ ਫੋਰ ਕੈਨੇਡੀਅਨ ਐਕਸਪੀਰੀਅੰਸ ਕਲਾਸ। ਬਿਲਕੁਲ, ਇਹ ਐਕਸਪ੍ਰੈਸ ਐਂਟਰੀ ਦੀ ਇੱਕ ਸਬ ਕੈਟੇਗਰੀ ਹੈਗੀ ਆ। ਇਹਦੇ ਵਿੱਚ ਰੀਸੈਂਟਲੀ ਸਾਡੇ ਜਿਹੜੇ ਹੈਗੇ ਆ 4-5 ਇਨਵੀਟੇਸ਼ਨ ਆਏ ਆ, ਕਿਉਂਕਿ ਤੁਸੀਂ ਦੇਖਿਆ ਹੀ ਆ ਰੁਝਾਨ ਜਿਹੜਾ ਵਾ ਡਰਾਅ ਕਾਫੀ ਥੱਲੇ ਆ ਰਿਹਾ ਹੈਗਾ। ਲਾਸਟ ਡਰਾਅ ਹਿਸਟੋਰੀਕਲੀ ਲੋ ਚੱਲ ਰਿਹਾ 4-15 'ਤੇ। ਸੋ ਵੀ ਆਰ ਵੈਰੀ ਆਪਟੀਮਿਸਟਿਕ, ਕਿਉਂਕਿ 400+ CRS ਤੋਂ ਕੋਈ ਜ਼ਿਆਦਾ ਪ੍ਰੋਫਾਈਲਸ ਨਹੀਂ ਪਈਆਂ ਹੈਗੀਆਂ। ਮੈਂ ਇਸ ਮੰਚ ਦੇ ਉੱਤੇ ਉਹਨਾਂ ਸਕਿੱਲਡ ਵੀਰਾਂ ਨੂੰ ਵੀ, ਭੈਣਾਂ ਨੂੰ ਸੱਦਾ ਦੇਣਾ ਚਾਹੂੰਗਾ ਜਿਹੜੇ ਕਿ 30s ਏਜ ਦੇ ਗਰੁੱਪ ਦੇ ਲਾਗੇ ਛਾਗੇ ਨੇ, ਉਹਨਾਂ ਦੇ ਬੈਂਡ ਜਿਹੜੇ ਆ 7 ਔਰ 7 ਅਬਵ ਲੈ ਸਕਦੇ ਨੇ, 3 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਵਾ। ਪਲੀਜ਼ ਇਸ ਚੀਜ਼ ਦੀ ਅਵੇਲੇਬਿਲਟੀ ਲਓ, ਕਿਉਂਕਿ ਵਿਦਇਨ ਹੋ ਸਕਦਾ ਫਸਟ ਡਰਾਅ ਵਿੱਚ ਹੀ ਤੁਹਾਨੂੰ ITA ਆ ਜਾਵੇ। ITA ਸਟੈਂਡਸ ਫੋਰ ਇਨਵੀਟੇਸ਼ਨ ਟੂ ਅਪਲਾਈ, ਐਂਡ ਆਪਣੇ ਕੋਲ 90 ਡੇਜ਼ ਆ ਫਾਈਲ ਲਾਉਣ ਲਈ, ਐਂਡ ਆਫਟਰ ਦੈਟ ਵੰਸ ਯੂ ਸਬਮਿਟ ਯੂਅਰ ਐਪਲੀਕੇਸ਼ਨ ਵਿਦ ਇਨ 6 ਮੰਥਸ, ਕੈਨੇਡੀਅਨ ਗਵਰਨਮੈਂਟ ਕਹਿ ਰਹੀ ਹੈਗੀ ਆ ਡੈਫੀਨੇਟਲੀ ਫੈਮਿਲੀ ਸਮੇਤ ਤੁਸੀਂ ਕੈਨੇਡਾ ਵਿੱਚ ਹੋਵਾਂਗੇ। ਬਟ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ, ਇਹਦੇ ਵਿੱਚ ਸਾਡੇ ਐਕਸਪੀਰੀਅੰਸ ਵਿੱਚ ਵਿਦ ਇਨ 2 ਮੰਥਸ, 3 ਮੰਥਸ, 4 ਮੰਥਸ ਵੀ ਇਮੀਗ੍ਰੇਸ਼ਨ ਜਿਹੜੀ ਆ ਹੋ ਚੁੱਕੀ ਹੈ ਜੀ। ਕੰਗ ਸਾਹਿਬ, ਇੱਕ ਸਵਾਲ ਹੋਰ ਸਟੂਡੈਂਟਸ ਲਈ ਪੁੱਛੂੰਗਾ, ਕਾਫੀ ਅਸੀਂ ਗੱਲਾਂ ਕਰ ਲਈਆਂ। ਬੱਚੇ ਕਈ ਜਦੋਂ ਪ੍ਰੋਗਰਾਮ ਲੈਂਦੇ ਨੇ ਕਨਫਿਊਜ਼ ਹੋ ਜਾਂਦੇ ਨੇ ਕਿ ਉਹ ਕਈ ਵਾਰੀ ਕੰਸਲਟੈਂਟ 'ਤੇ ਛੱਡ ਦਿੰਦੇ ਜੀ, ਮੈਨੂੰ ਨਾ ਤਾਂ ਲਾਲਚ ਹੈ ਕਿਸੇ ਪ੍ਰੋਵਿੰਸ ਦਾ, ਜਿੱਥੇ ਮਰਜ਼ੀ ਭੇਜ ਦਿਉ ਪ੍ਰੋਗਰਾਮ, ਜਿੱਥੇ ਮਰਜ਼ੀ ਭੇਜ ਦਿਉ। ਮੈਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ ਇੱਥੇ ਥੋੜ੍ਹੀ ਇਗਜ਼ਾਮਪਲ ਦੇਣੀ ਚਾਹੂੰਗਾ, ਇੱਕੋ ਇਗਜ਼ਾਮਪਲ ਦਊਂਗਾ, ਬੱਚੇ ਮੇਰੇ ਖਿਆਲ ਸਮਝ ਆਉਣਗੇ। ਜਿਹੜੇ ਨਿਊਜ਼ੀਲੈਂਡ 'ਚ ਜਾਂਦੇ ਨੇ, ਅਪਲਾਈਡ ਟੈਕਨੋਲੋਜੀ ਦਾ ਇੱਕ ਬਹੁਤ ਫੇਮਸ ਪ੍ਰੋਗਰਾਮ ਹੋਇਆ, ਜਿਹਨੂੰ ਅਸੀਂ ਦੇਸੀ ਭਾਸ਼ਾ 'ਚ ਡੇਅਰੀ ਦਾ ਪ੍ਰੋਗਰਾਮ ਕਹਿੰਦੇ ਹਾਂ ਪੰਜਾਬ ਦੇ ਵਿੱਚ। ਉਹ ਇੱਕੋ ਹੀ ਸ਼ਹਿਰ ਦੇ ਵਿੱਚ ਕਾਮਯਾਬ ਹੋਇਆ, ਰੋਟੋਰੂਆ ਦੇ ਵਿੱਚ, ਜਾਂ ਇੱਕ ਹੋਰ ਸ਼ਹਿਰ ਹੈ ਸ਼ਾਇਦ, ਕਿਉਂਕਿ ਉੱਥੇ ਇਹ ਅਵੇਲੇਬਿਲਟੀ ਹੈ, ਵਰਕਸ਼ਾਪਸ ਬਣ ਜਾਂਦੀਆਂ, ਕਿਉਂਕਿ ਡੰਗਰਾਂ ਨੂੰ ਰੱਖਿਆ ਜਾ ਸਕਦਾ, ਸਾਂਭ ਸੰਭਾਲ ਹੈ। ਕੀ ਕੈਨੇਡਾ ਦੇ ਵਿੱਚ ਜਿਹੜੀਆਂ ਪ੍ਰੋਵਿੰਸਸ ਨੇ ਉਹਨਾਂ ਦੇ ਨਾਲ ਜਿਹੜੇ ਪ੍ਰੋਗਰਾਮਸ ਨੇ, ਸਬਜੈਕਟ ਨੇ, ਕੋਰਸਸ ਨੇ, ਉਹਨਾਂ ਨੂੰ ਕਲੱਬ ਕਰਕੇ ਵੀ ਸਾਨੂੰ ਚੂਜ਼ ਕਰਨਾ ਚਾਹੀਦਾ? ਦੇਖੋ, ਜਾਂ ਕੋਈ ਪ੍ਰੋਗਰਾਮ ਕਿਤੇ ਲੈ ਲਓ? ਨਹੀਂ, ਇੱਦਾਂ ਨਹੀਂ ਹੈਗਾ ਸੰਤ ਸਾਹਿਬ, ਜਿਹੜੀ ਇਹ ਚੀਜ਼ ਦੀ ਘੋਖ ਕਰਨ ਦੇ ਲਈ, ਕਿਉਂਕਿ ਫੋਰਕਾਸਟ ਕਰਦੀਆਂ ਨੇ ਪ੍ਰੋਵਿੰਸਿਸ ਕਿ ਸਾਨੂੰ ਅਪ ਟੂ 2020 ਔਰ 2024 ਤੱਕ ਕਿਹੜੇ ਬੰਦਿਆਂ ਦੀ ਲੋੜ ਹੋਊਗੀ, ਕਿਉਂਕਿ ਕੈਨੇਡਾ ਇੱਕ ਬਹੁਤ ਵੱਡੀ ਕੰਟਰੀ ਹੈਗੀ ਆ, ਇਟਸ ਅ ਸੈਕਿੰਡ ਲਾਰਜੈਸਟ ਕੰਟਰੀ ਇਨ ਦਾ ਵਰਲਡ, ਅਤੇ ਪਾਪੂਲੇਸ਼ਨ ਜਸਟ ਯੂ ਨੋ ਵੈਰੀ ਮੱਚ ਜਸਟ ਲਾਈਕ ਪੰਜਾਬ। ਉਹਨਾਂ ਨੂੰ ਸਕਿੱਲਡ ਕਾਮਿਆਂ ਦੀ ਲੋੜ ਹੈਗੀ ਆ, ਬਟ ਹਰ ਇੱਕ ਪ੍ਰੋਵਿੰਸ ਆਪਣੀ ਫੋਰਕਾਸਟ ਆਪਣੀ 3-4 ਸਾਲਾਂ ਦੀ ਤਿਆਰ ਕਰਦੀ ਹੈਗੀ ਆ। ਫਾਰ ਐਗਜ਼ਾਮਪਲ, ਬ੍ਰਿਟਿਸ਼ ਕੋਲੰਬੀਆ ਨੇ ਆਪਣੀ ਫੋਰਕਾਸਟ ਤਿਆਰ ਕੀਤੀ ਆ ਕਿ ਸਾਨੂੰ ਜਿਹੜੇ ਹੈਗੇ ਆ ਸਕਿੱਲਡ ਵਰਕਰ ਚਾਹੀਦੇ ਆ, ਕਿਹੜੀ ਕਿਹੜੀ ਕੈਟੇਗਰੀ ਚਾਹੀਦੇ ਆ। ਉਹਨਾਂ ਦੇ ਕਈ ਪਾਇਲਟ ਪ੍ਰੋਜੈਕਟ ਚੱਲਦੇ ਪਏ ਹੈਗੇ ਆ, ਨੌਰਥ ਈਸਟ ਟੈਰੀਟਰੀ ਦਾ ਪਾਇਲਟ ਪ੍ਰੋਜੈਕਟ ਚੱਲਦਾ ਪਿਆ ਹੈਗਾ। ਹੁਣ ਡਿਪੈਂਡ ਕਰਦਾ ਕਿਹੜਾ ਇੰਸਟੀਟਿਊਸ਼ਨ ਦੇ ਵਿੱਚ ਕਿਹੜਾ ਪ੍ਰੋਗਰਾਮ। ਐਂਡ ਫਾਰ ਐਗਜ਼ਾਮਪਲ, ਜੇ ਤੁਸੀਂ ਜਨਰਲ ਬਿਜ਼ਨਸ ਪ੍ਰੋਗਰਾਮ ਵੀ ਲੈਂਦੇ ਹੋ, ਬ੍ਰਿਟਿਸ਼ ਕੋਲੰਬੀਆ 'ਚ ਜਾਂਦੇ ਹੋ, ਉਹੀ ਪ੍ਰੋਗਰਾਮ ਤੁਸੀਂ ਲੈ ਲਿਆ ਵੈਨਕੂਵਰ ਵਿੱਚ, ਮੈਟਰੋ ਵੈਨਕੂਵਰ ਏਰੀਆ ਵਿੱਚ, ਤਾਂ ਤੁਹਾਨੂੰ ਅੰਡਰ ਬ੍ਰਿਟਿਸ਼ ਕੋਲੰਬੀਆ ਦੇ PNP ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਵੇਲੇਬਿਲਿਟੀ ਲੈਣੀ ਬਹੁਤ ਔਖੀ ਹੋ ਜਾਊਗੀ। ਬਟ ਜੇ ਇਹੀ ਪ੍ਰੋਗਰਾਮ ਤੁਸੀਂ ਨੌਰਥ ਈਸਟ ਟੈਰੀਟਰੀ ਵਿੱਚ ਲੈ ਲਿਆ, ਕਿਉਂਕਿ ਉਸ ਏਰੀਏ ਨੂੰ ਇੱਕ ਜਿਹੜੀ ਸਟੇਟ ਆ ਉਹਨੇ ਵੱਧ ਅਧਿਕਾਰ ਦਿੱਤੇ ਹੋਏ ਆ ਕਿ ਇਸ ਏਰੀਏ 'ਚ ਰਹਿੰਦਾ ਹੋਇਆ ਬੰਦਾ ਕਿਸੇ ਵੀ ਕੈਟੇਗਰੀ ਵਿੱਚ ਜੇ ਕੰਮ ਕਰਦਾ ਹੈਗਾ ਵਾ, ਤੇ ਅਸੀਂ ਉਹਨਾਂ ਨੂੰ ਪ੍ਰਾਇਓਰਟੀ ਬੇਸ ਤੇ ਨੋਮੀਨੇਸ਼ਨ ਦੇਵਾਂਗੇ। ਹੁਣ ਉਹ ਜਿਹੜੀ ਚੀਜ਼ ਹੈਗੀ ਹੈ, ਜੇ ਤੁਹਾਨੂੰ ਪਤਾ ਹੀ ਨਹੀਂ ਹੈਗਾ, ਤੁਸੀਂ ਪ੍ਰੋਗਰਾਮ ਉਹੀ ਪ੍ਰੋਗਰਾਮ ਕਿਸੇ ਦੂਸਰੀ ਸਿਟੀ ਵਿੱਚ ਲੈ ਦਿੱਤਾ ਜਿੱਥੇ ਉਹਦੀ ਕੋਈ ਵੈਲਿਊ ਹੀ ਨਹੀਂ ਹੈਗੀ, ਬਾਅਦ 'ਚੋਂ ਪਤਾ ਲੱਗਣਾ ਤੁਹਾਨੂੰ, ਉਹ ਜਿਹੜੀ ਚੀਜ਼ ਹੈਗੀ ਆ ਉਹਨੂੰ ਪਤਾ ਹੋਊਗਾ ਜਿਹੜਾ ਉੱਥੇ ਰਹਿੰਦਾ ਹੈਗਾ ਬੰਦਾ। ਦੂਜੀ ਤੁਸੀਂ ਗੱਲ ਕੀਤੀ ਕਿ ਪ੍ਰੋਗਰਾਮ ਪਿੱਕ ਕਿੱਦਾਂ ਕੀਤਾ ਜਾਵੇ, ਦੇਖੋ ਜੇ ਜਨਰਲ ਪਿੱਕ ਕਰਨਾ ਹੈਗਾ ਵਾ, ਜੇ ਤੁਸੀਂ ਇਹ ਚੀਜ਼ ਨੂੰ ਖਿਆਲ 'ਚ ਨਹੀਂ ਰੱਖਣਾ, ਕਿਉਂਕਿ ਇਹਦੀ ਜਿਹੜੀ ਲਈ ਤਾਂ ਤੁਹਾਨੂੰ ਬਹੁਤ ਬਰੀਕੀ ਦੀ ਨੌਲੇਜ ਹੋਣੀ ਚਾਹੀਦੀ ਹੈਗੀ ਆ। ਜੇ ਤੁਸੀਂ ਪ੍ਰੋਗਰਾਮ ਪਿੱਕ ਕਰਨਾ, ਜੇ ਸਪੈਸ਼ਲਾਈਜੇਸ਼ਨ ਲੈਂਦੇ ਹੋ, ਫਾਰ ਐਗਜ਼ਾਮਪਲ ਨੋਨ ਮੈਡੀਕਲ ਸਟੂਡੈਂਟ ਹੈਗਾ ਗਾ, ਟੈਕਨੀਕਲ ਪ੍ਰੋਗਰਾਮ ਬੱਚਿਓ ਕੋਈ ਵੀ ਲੈ ਲਓ ਜਿਹਦੇ ਵਿੱਚ ਤੁਸੀਂ ਜਿਹੜੀ ਆ ਸਪੈਸ਼ਲਾਈਜੇਸ਼ਨ, ਫਾਰ ਐਗਜ਼ਾਮਪਲ ਸਿਵਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਇਹ ਜਿਹੜੇ ਪ੍ਰੋਗਰਾਮ ਨੇ, ਇਟਸ ਅ ਨੈਵਰ ਐਂਡਿੰਗ,
क्योंकि कैनेडा जिहड़ा हैगा एक हजे भी उहदे इदां दे प्रोविंसेस ने जिहड़े अंडर डिवेलपमेंट ने, इट्स अ कंट्री ऑफ इमीग्रेंट्स, ये जिहड़ी डिवेलपमेंट चलदी रहनी हैगी है, जिहड़े स्किल्ड काम है जिहड़े आ उहनां नूं लड़ींदे ही रहने ने। बट जदों तुसीं जनरल चीज़ां लै के चलदे हो, जनरल चीज़ां की कैप आनी सुभाविक आ। तुसीं न्यूजीलैंड की गल की, उत्थे भी यही होया, जनरल बिजनेस प्रोग्राम जिहड़ी इज़ नो रिक्वायरमेंट, स्टेम दा दिन आ गया, दैट्स राइट। सो उही चीज़ां हैगियां वा, कंट्री की लोड़ नूं समझो, कंट्री किहड़े बंदिआं नूं चाहुंदी आ, जे तुसीं उह जिहड़ी हैगी आ जिहड़ी रिक्वायरमेंट आ उहनूं पूरी करोगे, क्यों नहीं कंट्री तुहानूं वैलकम करूगी, तुहानूं वैलकम करूगी, तुहानूं वधिया जॉब भी मिलेगी ते पीआर भी मिलेगी। जिहड़ा सैटरडे वाला वर्कशॉप है, स्टडी वर्क एंड सैटल्स है, एन एच आई एस वालों रवि इंद्र सिंह कंग उन्हां दी टीम वालों शुरू किया गया, इहदे थोड़ी जी कन्फ्यूजन सी, जिहड़े चंडीगढ़ बच्चे गए सीगे मेरे कोल पुराने दफ्तर पहुँच गए, कई वांझे रह गए, कई दी शिकायत है, वह अड्रैस टीवी चल रहा नोट कर लो, एक नंबर चल रहा वो नोट कर लो, उत्थे अपॉइंटमेंट लै लो, बाकी डिटेल तुसीं दस सकते हो जी कित्थे। बिल्कुल असन साहब, मैं इतने सारे स्रोतियों को गुजारिश करना चाहूँगा, देखो ये जेडे असी कर रहे हैं अवेयरनैस कैंप्स, ये थोड़ी जी है लोड़ नू, थोड़ी जरूरत नू ध्यान में रखते कर रहे हैं कि थोनू इतों ही नॉलेज दी जाए, तुसी कोई भी स्टैप पुटन तो पहला यह जड़ियाँ है चीज़ों समझ लो, क्यों ये प्रोग्राम, उस तो बाद वर्क परमिट किमें मिलना, उत्थे पी आर किमें मिलनी हैगी आ, ਇਹਦੇ ਲਈ ਇਸ ਮੇਰੇ ਤਿੰਨ ਆਫਿਸਿਸ ਨੇ ਇਸ ਵੇਲੇ ਪੰਜਾਬ ਦੇ ਵਿੱਚ, ਜਿਹੜਾ ਕਿ ਪਹਿਲਾ ਹੈੱਡ ਆਫਿਸ ਹੈਗਾ ਸਾਡਾ ਮੋਹਾਲੀ ਸੈਕਟਰ 70 ਦੇ ਵਿੱਚ, ਦੂਜਾ ਆਫਿਸ ਜਲੰਧਰ ਛੋਟੀ 12 ਦਰੀ ਵਿੱਚ ਹੈ, ਅਤੇ ਤੀਜਾ ਮੋਗੇ ਦੇ ਵਿੱਚ ਹੈਗਾ ਵਾ। ਇਹੀ ਤਿੰਨੇ ਆਫਿਸਿਸ ਨੇ, ਚੰਡੀਗੜ੍ਹ ਦਾ ਆਫਿਸ ਯੂਜ਼ ਟੂ ਵੀ ਹੁੰਦਾ ਸੀ ਸੈਕਟਰ 34 'ਚ, ਉਹ ਸ਼ਿਫਟ ਹੋ ਕੇ 70 ਵਿੱਚ ਆ ਚੁੱਕਾ, ਜਿਹੜੇ ਕਿ ਕਾਫੀ ਸਰੋਤਿਆਂ ਨੂੰ ਪਿਛਲੀ ਵਾਰੀ ਕਨਫਿਊਜ਼ਨ ਹੋਈ ਅਤੇ ਉਸ ਚੰਡੀਗੜ੍ਹ ਵਿੱਚ ਪਹੁੰਚ ਗਏ। ਪਲੀਜ਼ ਇਹ ਨੰਬਰ ਨੋਟ ਡਾਊਨ ਕਰ ਲਓ, ਤੁਸੀਂ ਜੇ ਪਹੁੰਚ ਨਹੀਂ ਸਕਦੇ, ਅਸੀਂ ਦੂਜਾ ਜ਼ਰੀਆ ਵੀ ਸ਼ੁਰੂ ਕੀਤਾ ਕਿ ਸਾਨੂੰ ਈਮੇਲਸ ਕਰਕੇ ਆਪਣੇ ਤੁਸੀਂ ਕੁਐਸਚਨ ਪੁੱਟਅਪ ਕਰ ਸਕਦੇ ਹੈਗੇ ਹਾਂ, ਜਿਹਨਾਂ ਨੂੰ ਅਸੀਂ ਥਰੂ ਈਮੇਲਸ ਰਿਪਲਾਈ ਕਰਾਂਗੇ ਜਾਂ ਸ਼ੋਅ ਦੇ ਅਗਲੇ ਸ਼ੋਅ ਦੇ ਵਿੱਚ ਉਹਦੇ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਉਹ ਜਿਹੜੀ ਚੀਜ਼ ਦੇ ਆ ਲਾਹਾ ਲੈਣ ਦੇ ਲਈ ਪਲੀਜ਼ ਰਜਿਸਟਰ ਕਰਾਓ, ਰਜਿਸਟਰੇਸ਼ਨ ਤੋਂ ਬਿਨਾਂ ਨਾ ਆਇਓ, ਕਿਉਂਕਿ ਉਸ ਤੋਂ ਬਾਅਦ ਜੇ ਸਾਨੂੰ ਪਤਾ ਹੀ ਨਹੀਂ ਕੌਣ ਆ ਰਿਹਾ ਹੈਗਾ ਵਾ, ਹੋ ਸਕਦਾ ਕਿ ਅਸੀਂ ਸਹੀ ਢੰਗ ਨਾਲ ਤੁਹਾਨੂੰ ਇੰਟਰਟੇਨ ਨਾ ਕਰ ਪਾਏ ਅਤੇ ਫਿਰ ਗਿਲੇ ਸ਼ਿਕਵੇ ਰਹਿ ਜਾਣ। ਮੈਂ ਇਹ ਗੁਜ਼ਾਰਿਸ਼ ਕਰੂੰਗਾ, ਪਲੀਜ਼ ਰਜਿਸਟਰ ਕਰੋ, ਇਹੀ ਤਿੰਨ ਆਫਿਸਿਸ ਨੇ, ਮੋਹਾਲੀ, ਜਲੰਧਰ ਅਤੇ ਮੋਗਾ, ਅਤੇ ਨੰਬਰ ਤੁਹਾਡੀ ਸਕਰੀਨ 'ਤੇ ਡਿਸਪਲੇ ਹੋ ਰਹੇ ਨੇ, ਪਲੀਜ਼ ਰਜਿਸਟਰ ਕਰੋ ਅਤੇ ਆ ਕੇ ਸਾਨੂੰ ਮਿਲੋ, ਅਸੀਂ ਬਹੁਤ ਖੁਸ਼ ਹੋਵਾਂਗੇ ਅਤੇ ਟਰਾਈ ਕਰਾਂਗੇ ਕਿ ਤੁਹਾਡੀ ਨੌਲੇਜ ਵਿੱਚ ਵਾਧਾ ਕਰ ਸਕੀਏ ਅਤੇ ਜੋ ਸਾਨੂੰ ਪਰਮਾਤਮਾ ਨੇ ਜਾਂ ਉਸ ਕੰਟਰੀ ਤੋਂ ਸਿੱਖਣ ਦਾ ਮੌਕਾ ਮਿਲਿਆ ਆ ਉਹ ਤੁਹਾਨੂੰ ਇੱਥੇ ਹੀ ਬੈਠੇ ਜਿਹੜੇ ਹੈਗੇ ਆ ਇਸੇ ਕੰਟਰੀ ਵਿੱਚ ਪ੍ਰੋਵਾਈਡ ਕਰੀਏ ਤਾਂ ਕਿ ਤੁਸੀਂ ਆਪਣਾ ਭਵਿੱਖ ਸੁਹਾਵਣਾ ਬਣਾ ਸਕੋ। ਥੈਂਕ ਯੂ ਸਤਿ ਸ਼੍ਰੀ ਅਕਾਲ, ਸਟੂਡੀਓ ਦੇ ਵਿੱਚ ਆਉਣ ਲਈ ਸ਼ੁਕਰੀਆ ਔਰ ਦਰਸ਼ਕਾਂ ਦਾ ਵੀ ਸ਼ੁਕਰੀਆ, ਉਮੀਦ ਕਰਾਂਗੇ ਕਿ ਤੁਸੀਂ ਸਟੱਡੀ ਐਂਡ ਵਰਕ ਸੈਟਲ ਦੇ ਜਿਹੜੇ ਵਰਕਸ਼ਾਪ ਚੱਲ ਰਹੇ ਨੇ ਉਹਨਾਂ ਦੇ ਵਿੱਚ ਜਾ ਕੇ ਵਧੇਰੇ ਲਾਭ ਲਓਗੇ। ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰ ਰਹੇ ਹਾਂ, ਧੰਨਵਾਦ, ਸਤਿ ਸ਼੍ਰੀ ਅਕਾਲ।